ਚੰਚਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਸ਼੍ਰੀ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹਰਮਨ ਸਿੰਘ ਜੀ ਨਾਲ ਨੇ ਤੇ ਪਹਿਲਾਂ ਕਰਦੇ ਸਵਾਗਤ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਗਰਮੀ ਨੇ ਵਾਟ ਕੱਢੇ ਪੈਨੇ ਮੈਨੇ ਜੀ 41 ਡਿਗਰੀ ਤੱਕ ਤਾਪਮਾਨ ਹੋ ਗਿਆ ਤੇ ਬਸ ਗਰਮੀ ਬਾੜੀ ਆ ਹੂੰ ਤੇ 47 48 ਤੱਕ ਕੇ ਪਹੁੰਚਣਾ ਹਾਲੇ ਤੱਕ ਜਿਵੇਂ ਫਿਲਮ ਦੀਆਂ ਮੁੱਖ ਝਲਕਾਂ ਹੁੰਦੀਆਂ ਨੇ ਜਿਹਨੂੰ ਟ੍ਰੇਲਰ ਕਹਿੰਦੇ ਅੰਗਰੇਜ਼ੀ ਦੇ ਵਿੱਚ ਇਹ ਉਹ ਕੁਝ ਆ ਹਲੇ ਤਾਂ ਅਸਲ ਫਿਲਮ ਚੱਲਣੀ ਆ ਜਿਹੜੀ 2 1/2 ਘੰਟੇ ਵਾਲੀ ਹੁੰਦੀ ਆ ਇਹ 2 2 1/2 ਮਹੀਨੇ ਵਾਲੀ ਚੱਲਣੀ ਬਾਕੀ ਆ ਹਲੇ ਜੀ ਬਿਲਕੁਲ ਜੀ ਦੇਖੋ ਬਣਦਾ ਕੀ ਆ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਆ ਫਿਲ ਵਾਂਗੂ ਪੁੱਜਣਾ ਹਲੇ ਔਰ ਇਸ ਗਰਮੀ ਦੇ ਵਿੱਚ ਬੱਚਿਆਂ ਦਾ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਗਰਮੀ ਜਿਹੜੀ ਹੈ ਉਹਨਾਂ ਨੂੰ ਵਧੇਰੇ ਤੰਗ ਕਰਦੀ ਹੈ ਤੇ ਬਿਮਾਰਠ ਮਾਰ ਕਰ ਸਕਦੀ ਹੈ ਇਸ ਲਈ ਖਿਆਲ ਰੱਖੋ ਆਪਣਾ ਵੀ ਤੇ ਆਪਣੇ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਵੀ ਕੁਲਫੀਆਂ ਵਾਲੇ ਭਾਈ ਆਉਣ ਲੱਗ ਪਏ ਆ ਜੀ ਹੁਣ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਪਾਪੂ 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 ਇਹ ਹੁਣ ਕੁਲਫੀਆਂ ਵਾਲੀਆਂ ਆਵਾਜ਼ਾਂ ਆਉਣ ਲੱਗ ਪਈਆਂ ਬਿਲਕੁਲ ਸਹੀ ਹੈ ਮੈਂ ਨਾ ਨਜ਼ਾਰੇ ਆ ਜਾਂਦੇ ਆ ਜਦੋਂ ਆਵਾਜ਼ ਆਉਂਦੀ ਆ ਫਿਰ ਕੀ ਕੀ ਚਿੱਤੇ ਆਉਂਦਾ ਮੈਨੂੰ ਬਚਪਨ ਚਿੱਤੇ ਆ ਜਾਂਦਾ ਵੀ ਕਿਸ ਤਰੀਕੇ ਨਾਲ ਕੁਲਫੀਆਂ ਖਾਂਦੇ ਹੁੰਦੇ ਸੀ ਉਦੋਂ ਤਾਂ ਬੜੀ ਸਸਤੀ ਹੁੰਦੀ ਸੀ ਕੁਲਫੀ ਔਰ ਤਾਂ ਕੌਲੀ ਦੇਣੀ ਇੱਕ ਦਾਣਿਆਂ ਦੀ ਉਹਦੇ ਬਦਲੇ ਚ ਕੁਲਫੀ ਮਿਲ ਜਾਣੀ ਜੇ ਵੱਡਾ ਡੂੰਗਾ ਦੇਣਾ ਐਡਾ ਉਹਦੇ ਨਾਲ 3-4 ਕੁਲਫੀਆਂ ਆ ਜਾਣੀਆਂ ਸੋ ਇਸ ਤਰੀਕੇ ਦਾ ਕੰਮ ਸੀਗਾ ਪੈਸੇ ਤਾਂ ਅਸੀਂ ਦਿੰਦੇ ਹੀ ਨਹੀਂ ਸੀ ਜੀ ਬਿਲਕੁਲ ਇਹ ਬੜੀਆਂ ਯਾਦਾਂ ਹਰੇਕ ਦੀਆਂ ਨਾ ਜੁੜੀਆਂ ਹੁੰਦੀਆਂ ਨੇ ਉਹ ਕੁਲਫੀ ਵਾਲੇ ਭਾਈਆਂ ਦੇ ਨਾਲ ਕਦੇ ਕਦੇ ਨਾ ਧਰਦਿਆਂ ਨੂੰ ਇਹ ਕਹਿਣਾ ਜਦ ਕਰਕੇ ਵੀ ਅੱਜ ਅਸੀਂ ਮਹਿੰਗੀ ਕੁਲਫੀ ਖਾਣੀ ਆ ਕਿਉਂਕਿ ਜਿਹੜੀ ਹੁੰਦੀ ਸੀ ਉਹ ਸੰਤਰੇ ਜੇ ਵਾਲੀ ਜਿਹੜੀ ਅਜੀਬ ਨੂੰ ਖੱਟਾ ਕਰ ਦਿੰਦੀ ਸੀ ਜਾਂ ਇੱਕ ਲਾਲ ਰੰਗ ਦੀ ਹੁੰਦੀ ਸੀ ਤੇ ਕਦੇ ਕਦੇ ਕਹਿੰਦਾ ਵੀ ਦੁੱਧ ਵਾਲੀ ਕੁਲਫੀ ਵੀ ਖਵਾ ਦਿਓ ਸਾਨੂੰ ਉਹ ਦੁੱਧ ਵਾਲੀ ਜਿਹੜੀ ਕਰੀਮ ਜੀ ਵਾਲੀ ਹੁੰਦੀ ਆ ਉਹ ਖਾ ਕੇ ਕਹਿਣਾ ਵੀ ਲੈ ਅੰਬਾਨੀ ਸਾਡੇ ਮੁਰੇ ਕੀ ਚੀਜ਼ ਆ ਬਿਲਕੁਲ ਸਹੀ ਗਿਟਸ ਜ਼ੀਰੋ ਸਾਡੇ ਮੁਰੇ ਪਰੇ ਹੋ ਜੋ ਇੱਕ ਅਲੱਗ ਹੀ ਦੌਰ ਇੱਕ ਅਲੱਗ ਹੀ ਮਜ਼ਾ ਹੁੰਦਾ ਸੀ ਮੈਨੂੰ ਯਾਦ ਹੈ ਉਹ ਭਾਈ ਨੇ ਆਉਣਾ ਰੇੜੀ ਲੈ ਕੇ ਹਨਾ ਤੇ ਪਹਿਲਾਂ ਉਹਦੀ ਰੇੜੀ ਤੇ ਚੜ ਕੇ ਵੇਖਣਾ ਕਿ ਉਹਦੇ ਡੱਬੇ ਦੇ ਵਿੱਚ ਕਿਹੜੀਆਂ ਕਿਹੜੀਆਂ ਕੁਲਫੀਆਂ ਨੇ ਤੇ ਫਿਰ ਆਪੋ ਆਪਣੀ ਮਰਜ਼ੀ ਦੀ ਕੁਲਫੀ ਦੱਸਣੀ ਵੀ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਹਨਾ ਤੇ ਉਹ ਭਾਈ ਨੂੰ ਵੀ ਪਤਾ ਹੁੰਦਾ ਸੀ ਵੀ ਇਸ ਘਰ ਦੇ ਵਿੱਚ ਨਿਆਣੇ ਨੇ ਤੇ ਉਹਨੇ ਰੋਜ਼ ਦਰਵਾਜ਼ੇ ਦੇ ਬਾਹਰ ਆ ਕੇ ਤੋਂ ਪਾਪੂ ਪਾਪੂ ਬੁਜਾਉਣੇ ਵੀ ਬੱਚੇ ਭੱਜੇ ਆਉਣਗੇ ਹਨਾ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਬਚਪਨ ਦੀਆਂ ਉਹ ਦੁਬਾਰਾ ਤੋਂ ਘੇਰ ਲੈਂਦੀਆਂ ਨੇ ਜਦੋਂ ਹੁਣ ਪਾਪੂ ਪਾਪੂ ਵਾਜਦੇ ਹੁਣ ਤਾਂ ਕੁਲਫੀ ਦਾ 3600 ਤਰ੍ਹਾਂ ਦੀਆਂ ਆ ਗਈਆਂ ਪਤਾ ਹੀ ਨਹੀਂ ਵੀ ਕਿਹੜੀ ਕਰੀਮ ਆ ਇਹਦੇ ਵਿੱਚ ਕਿਹੜਾ ਫਲੇਵਰ ਆ ਆ ਫਲੇਵਰ ਆ ਆ ਸਵਾਦ ਆ ਸਵਾਦ ਸਾਡੇ ਵੇਲੇ ਤਾਂ ਕੁਲਫੀ ਕੁਲਫੀ ਹੁੰਦੀ ਸੀ ਉਹ ਮਿੱਠੀ ਆ ਉਹ ਠੰਡੀ ਆ ਉਹ ਡੱਕੇ ਤੇ ਲੱਗੀ ਆ ਬਸ ਗੱਲ ਖਤਮ ਜੀ ਬਿਲਕੁਲ ਸਹੀ ਪਰ ਮੈਨੂੰ ਅੱਜ ਤੱਕ ਇੱਕ ਗੱਲ ਨਹੀਂ ਸਮਝ ਨਹੀਂ ਆਈ ਬਚਪਨ ਤੋਂ ਲੈ ਕੇ ਹੁਣ ਤੱਕ ਹਮ ਭਾਵੇਂ ਦੋ ਦਿਨ ਕੁਲਫੀ ਪਈ ਰਵੇ ਜਾਂ ਆਈਸਕ੍ਰੀਮ ਦਾ ਉਹ ਕੱਪ ਜਾਂ ਪਿਆ ਰਵੇ ਉਹ ਭਾਈ ਦੇ ਕੋਲੇ ਉਹਦੀ ਉਸ ਰੇੜੀ ਦੇ ਵਿੱਚ ਉਹ ਖੁਰਦਾ ਨਹੀਂ ਨਹੀਂ ਖੁਰਦਾ ਤੁਸੀਂ ਘਰੇ ਲਿਆਓ ਕੁਲਫੀਆਂ ਤੁਸੀਂ ਕਹੋ ਜੀ ਚਲੋ ਮੈਂ 2 ਘੰਟੇ ਠਹਿਰ ਕੇ ਖਾ ਲੂੰ 4 ਘੰਟੇ ਠਹਿਰ ਕੇ ਖਾ ਲੂੰ ਤੁਸੀਂ ਲਿਆ ਕੇ ਉੱਤੇ ਫਰੀਜ਼ਰ ਦੇ ਵਿੱਚ ਲਾ ਦਿਓ ਇਧਰ ਵੀ ਬਰਫ਼ਾ ਉਧਰ ਵੀ ਬਰਫ਼ ਇਹ ਬਚਦੀ ਨਹੀਂ ਇਹ ਪੈਕਟ ਜਿਹੇ ਦੇ ਵਿੱਚ ਪਿਗਲ ਕਿਉਂ ਜਾਂਦੀ ਹੈ ਵਾਕੇ ਗੱਲ ਤਾਂ ਸੋਚਣਾ ਉਹਦੇ ਕੋਲੇ ਜਿੰਨਾ ਚਿਰ ਮਰਜ਼ੀ ਰਵੇ ਇਹ ਪਿਗਲਦੀ ਨਹੀਂ ਹੂੰ ਸਾਡੇ ਵਾਲੇ ਪਾਸੇ ਜਿੱਥੇ ਮਰਜੀ ਬਰਫ਼ 'ਚ ਰੱਖਦੇ ਹੋ ਇਹ ਪਿਗਲ ਜਾਂਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇੱਕ ਵਾਰ ਉਹ ਕੁਲਫੀ ਹਵਾ ਦੇ ਸੰਪਰਕ 'ਚ ਆ ਜਾਂਦੀ ਹੈ ਤਾਂ ਸ਼ਾਇਦ ਉਹ ਫਿਰ ਪਿਗਲ ਜਾਂਦੀ ਹੈ ਫਿਰ ੜ ਕੇ ਨਹੀਂ। ਨਹੀਂ ਨਹੀਂ, ਐਸੇ ਤਾਂ ਬਣਾ ਕੇ ਫੇਰ ਹੀ ਉਹਦੇ 'ਚ ਰੱਖਦੇ ਹੋ ਕਿ ਉਹ ਵਿੱਚੇ ਵਿੱਚ ਬਣ ਜਾਂਦੀ ਹੈ। ਨਹੀਂ ਨਹੀਂ, ਬਣਾ ਕੇ ਤਾਂ ਵਿੱਚ ਰੱਖਦੇ ਆ ਪਰ ਸ਼ਾਇਦ ਉਹਦਾ ਤਾਪਮਾਨ ਕੁਛ ਓਸ ਸਾਹਬ ਦੇ ਨਾਲ ਸੈੱਟ ਕੀਤਾ ਹੋਊਗਾ ਜਾਂ ਪਤਾ ਨਹੀਂ ਕੀ ਕਾਰਨ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ। ਪਰ ਹੈ ਕੋਈ ਨਾ ਕੋਈ ਗੱਲ ਜ਼ਰੂਰ। ਮੈਨੂੰ ਪਤਾ ਹੈ ਨਾ ਪਿਛਲੇ ਹਫ਼ਤੇ ਐ ਹੋਇਆ। ਕੀ? ਮੈਂ ਦੋ ਕੁਲਫੀਆਂ ਲਿਆਂਦੀਆਂ। ਉਹ ਵਿਚਲੀ ਤਾਂ ਪਿਗਲ ਗਈਆਂ ਓਹੋ ਉਹ ਵਿੱਚ ਭੰਬੜਾ ਪੂ ਹੋਇਆ ਪਿਆ ਉਹਦਾ ਤੇ ਡੱਕਾ ਘੱਟ ਫਿਰਦਾ ਤੇ ਕੋਲੀਆਂ ਜੱਟ ਤੁਰਿਆ ਫਿਰਦਾ ਇੱਕ ਮੈਂ ਤੁਹਾਨੂੰ ਬਚਪਨ ਦੀ ਯਾਦ ਹੋਰ ਦੱਸਾਂ ਨਾਂ ਕਹਿੰਦੇ ਜਾਣਾ ਸੀ ਤੇ ਉੱਥੇ ਉਹ ਜਿਹੜੀ ਦੀਖੇ ਵਾਲੀ ਕੁਲਫੀ ਹੁੰਦੀ ਹੈ ਜਿਹੜੀ ਦੁੱਧ ਵਾਲੀ ਕੁਲਫੀ ਹੁੰਦੀ ਹੈ ਉਹ ਦੀਖੇ ਵਾਲੀ ਕਹਿੰਦੇ ਸੀ ਡੱਕੇ ਵਾਲੀ ਕਹਿੰਦੇ ਆ ਹਾਂ ਡੱਕੇ ਵਾਲੀ ਸਹੀ ਅਸੀਂ ਖੋਏ ਵਾਲੀ ਕਹਿੰਦੇ ਆ ਉਹਨੂੰ ਹਨਾ ਉਹ ਵਾਲੀ ਜਿਹੜੀ ਕੁਲਫੀਓ ਵਾਲਾ ਪਾਈ ਉਹਨ ਦਾ ਹੁੰਦਾ ਸੀਗਾ ਤੇ ਉੱਥੇ ਨਾ ਛਾਪਾ ਵੱਜਦਾ ਹੁੰਦਾ ਸੀ ਮਤਲਬ ਇੱਕ ਮਸ਼ੀਨ ਜੀ ਉਹਨੇ ਰੱਖੀ ਹੁੰਦੀ ਸੀ ਨਿਆਣਿਆਂ ਦੇ ਕਹਿੰਦਾ ਮਨੋਰੰਜਨ ਦੇ ਲਈ ਉਹਦੇ ਉੱਤੇ ਦਾ ਹੱ ਥੱਲੇ ਉਹ কয়ਨ ਜੇ ਨਿਕਲਦੇ ਹੁੰਦੇ ਜਿੱਤੇ ਨੰਬਰ ਲਿਖੇ ਹੁੰਦੇ ਸੀ 1 2 3 4 ਇਦਾਂ ਹਨਾ ਤੇ ਭਾਈ ਨੂੰ ਕੁਝ ਕੁ ਪੈਸੇ ਦੇਣੇ ਉਸ ਤੋਂ ਬਾਅਦ ਉਹਨੇ ਪੁੱਛਣਾ ਵੀ ਇੱਤੇ ਇੱਤੇ ਹੱਥ ਮਾਰਨਾ ਹੈ ਕਿ ਨਹੀਂ ਜੇ ਤੂੰ ਹੱਥ ਮਾਰਨਾ ਉਹਦੇ ਥੱਲੇ ਉਹ ਸਿੱਕਾ ਨਿਕਲ ਕੇ ਆਉਣਾ ਤੇ ਸਿੱਕੇ ਤੇ ਜਿੰਨੇ ਨੰਬਰ ਲਿਖੇ ਹੁੰਦੇ ਸੀ ਉਹਨੀਆਂ ਕੁਲਫੀਆਂ ਮਿਲਦੀਆਂ ਹੁੰਦੀਆਂ ਸੀ ਅੱਛਾ ਜੀ ਪਰ ਸਾਡੇ ਨਹੀਂ ਪਾਈਆਂ ਸੀ ਅਸੀਂ ਤਾਂ ਕਦੇ-ਕਦੇ ਗੋਲਾ ਖਾਣਾ ਬਰਫਾ ਵਾਲਾ ਉਹ ਰੰਦੇ ਦੇ ਉੱਤੇ ਬਰਫ਼ ਰੱਖ ਕੇ ਐਂ ਲੱਗਦਾ ਜਾਂਦਾ ਸੀ ਉਹਨੂੰ ਐ ਕਰਨ ਤੇ ਰੰਗ ਦੇ ਪੌਣੀ ਆ ਬੋਤਲ ਚ ਪਾਤਾ ਇਹਦੇ ਚ ਪਾਤਾ ਹਰਾ ਪਾਤਾ ਲਾਲ ਪਾਤਾ ਖੱਟਾ ਪਾਤਾ ਹਾਂ ਤੇ ਉਹ ਬਸ ਮਿੱਠਾ ਜਿਹਾ ਹੁੰਦਾ ਸੀ ਬਰਫ ਦਾ ਗੋਲਾ ਉਹ ਖਾ ਕੇ ਬਸ ਡੰਗੜ ਡੰਗੜ ਹੋਣੀ ਹਾਂ ਕਦੇ ਕਦੇ ਆਪਸ ਚ ਹੋ ਜਾਣੀ ਵੀ ਮੇਰੇ ਵਾਲਾ ਕਾ ਤੋ ਖਾ ਗਿਆ ਖੈਰ ਹੁਣ ਅਪਾ ਚਾਚੇ ਦੇ ਵਿਚਾਰ ਜਵ ਲਾਉਨੇ ਆ ਸ਼ੁਰੂਆਤ ਕਰੋ ਪਹਿਲਾ ਤੁਸੀਂ ਦੇਖੋ ਵੀ ਜ਼ਿੰਦਗੀ ਨੇ ਜੜੀ ਉਸ ਸਾਈਕਲ ਵਰਗੀ ਆ ਹਮ ਜ਼ਿੰਦਗੀ ਸਾਈਕਲ ਵਰਗੀ ਸਾਈਕਲ ਵਰਗੀ ਬਣੀ ਪਈ ਐ ਸੰਤੁਲਨ ਬਣਾਈ ਰੱਖਣ ਦੇ ਲਈ ਚਲਦੇ ਰਹਿਣਾ ਬੜਾ ਜ਼ਰੂਰੀ ਆ ਬਿਲਕੁਲ ਸਹੀ ਜਿੰਦਗੀ ਹੈ ਹੀ ਸਾਈਕਲ ਦੀ ਸਵਾਰੀ ਵਰਗੀ ਜੇ ਤੁਸੀਂ ਚਾਹੋ ਨੇ ਵੀ ਸੰਤੁਲਨ ਬਣਾ ਰਵੇ ਤਾਂ ਫਿਰ ਇੱਥੇ ਚਲਦੇ ਰਹਿਣਾ ਜ਼ਰੂਰੀ ਆ ਤੁਸੀਂ ਕਦੇ ਦੇਖਿਆ ਵੀ ਭਾਈ ਬੰਦਾ ਪੈਡਲ ਨਾ ਮਾਰਦਾ ਹੋਵੇ ਤੇ ਸਾਈਕਲ ਫਿਰ ਵੀ ਇੱਕ ਥਾਂ ਤੇ ਖੜਾ ਹੋਵੇ ਨਾ 5 7 10 ਸਕਿੰਟ ਦੇ ਲਈ ਬੰਦਾ ਚਲੋ ਐ ਸੰਤੁਲਨ ਬਣਾ ਲੂਗਾ ਪਰ ਜੇਕਰ ਪੈਡਲ ਮਾਰੋਗੇ ਉਹਦਾ ਸੰਤੁਲਨ ਉਹਦਾ ਬੈਲੈਂਸ ਤਾਂ ਬਣੂਗਾ ਇਸੇ ਕਰਕੇ ਜੇਕਰ ਤੁਸੀਂ ਜ਼ਿੰਦਗੀ ਦਾ ਸੰਤੁਲਨ ਬਣਾਈ ਰੱਖਣਾ ਤੇ ਭਾਈ ਚਲਦੇ ਰਹਿਣਾ ਬੜਾ ਜ਼ਰੂਰੀ ਆ ਇੱਕ ਥਾਂ ਤੇ ਖੜਿਆ ਕਦੇ ਸੰਤੁਲਨ ਨਹੀਂ ਬਣਦਾ ਜੀ ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਪ ਪਹਿਲਾਂ ਤੁਹਾਨੂੰ ਸਵਾਲ ਪੁੱਛਦੀ ਆ ਜੇਕਰ ਮੇਰੇ ਕੋਲ 1 ਰੁਪਈਆ ਹੈ ਤੇ ਤੁਹਾਡੇ ਕੋਲ 1 ਰੁਪਈਆ ਹੈ ਆਪਾਂ ਵਟਾ ਲਈਏ ਤਾਂ ਦੋਵਾਂ ਕੋਲ ਕਿੰਨੇ ਕਿੰਨੇ ਪੈਸੇ ਹੋਣਗੇ ਆਪਾਂ ਵਟਾਉਣਾ ਹੀ ਨਹੀਂ ਜਦੋਂ ਤੁਸੀਂ ਮੈਨੂੰ ਆਪਣੇ ਵਾਲਾ ਰੁਪਈਆ ਫੜਾਤਾ ਤੇ ਮੈਂ ਆਪਣੇ ਵਾਲਾ ਦੇਣਾ ਨਹੀਂ ਤੇ ਮੇਰੇ ਕੋਲੇ ਦੋ ਹੋ ਗਏ ਲਾਲਚੀ ਬਿਰਤੀ ਦੀ ਗੱਲ ਨਹੀਂ ਮੈਂ ਕਰ ਰਹੀ ਮੈਂ ਵੈਸੇ ਪੁੱਛ ਰਹੀ ਆ ਤੁਸੀਂ ਸਿੱਧਾ ਕਹੋ ਵੀ ਜੇਕਰ ਮੈਂ ਤੁਹਾਨੂੰ 1 ਲੱਖ ਰੁਪਈਆ ਦੇਵਾਂ ਤੇ ਤੁਸੀਂ ਮੈਨੂੰ 10 ਰੁਪਈਆ ਦੇਵੋ ਤਾਂ ਕਿੰਨੇ ਹੋਏ ਮੈਂ ਕਹਾਂਗਾ ਜੀ 1 ਲੱਖ 10 ਰੁਪਈਏ ਮੈਂ ਚੋਪੀ ਕਰ ਗਿਆ ਇਸ ਤੋਂ ਗਟਾਣਾ ਸਾਹਿਬ ਕਿਉਂਕਿ ਜਦੋਂ ਲੱਖ ਹੋਣਗੇ ਉਹਦੇ ਦੇਖਾਂਗੇ ਵੀ ਉਹਨਾਂ ਦਾ ਰੁਪਈਏ ਦੀ ਕੁਲਫੀ ਨਹੀਂ ਆਉਂਦੀ ਕੁਲਫੀ ਪਚੀਆਂ ਤੀਆਂ ਦੀ ਹੋ ਗਈ ਹੈ। ਓਹੋ ਮੇਰਾ ਚਾਇਦਾ ਵਿਚਾਰ ਇੱਥੇ ਫਸਿਆ ਗਿਆ। ਤੁਸੀਂ ਦੱਸੋ ਜੇਕਰ ਤੁਹਾਡੇ ਕੋਲ ਰੁਪਈਆ ਮੇਰੇ ਕੋਲ ਰੁਪਈਆ ਆਪਾਂ ਵਟਾ ਲਈਏ ਤਾਂ ਦੋਵਾਂ ਕੋਲ ਕਿੰਨੇ-ਕਿੰਨੇ ਰੁਪਈਆ। ਪਰ ਰੁਪਈਆ ਰੁਪਈਆ ਦੋਵੇਂ ਕੋਲੀ ਫੇਰ ਰਹਿ ਗਿਆ। ਪਰ ਜੇ ਤੁਹਾਡੇ ਕੋਲ ਇੱਕ ਚੰਗਾ ਵਿਚਾਰ ਹੈ ਮੇਰੇ ਕੋਲ ਇੱਕ ਚੰਗਾ ਵਿਚਾਰ ਹੈ ਆਪਾਂ ਵਟਾ ਲਈਏ ਤਾਂ ਕਿੰਨੇ-ਕਿੰਨੇ ਵਿਚਾਰ। ਇਹ ਦੋ ਚੰਗੇ ਵਿਚਾਰ ਬਣ ਗਏ। ਬਿਲਕੁਲ ਸਹੀ ਇਹ ਤੋਂ ਕੀ ਪਤਾ ਲੱਗਦਾ ਹੈ ਕਿ ਰੁਪਈਆਂ ਦੀ ਦੌਲਤ ਤੋਂ ਜ਼ਿਆਦਾ ਚੰਗੇ ਵਿਚਾਰਾਂ ਦੀ ਦੌਲਤ ਜਿਹੜੀ ਆ ਉਹ ਮਾਇਨੇ ਰੱਖਦੀ ਹੈ। ਬ ਕੀ ਵੀ ਗਾਂ ਤੋਂ ਆਪ ਦਾ ਚਾਚਾ ਦਾ ਵਿਚਾਰ ਮੈਨੂੰ ਦਿਆ ਕਰ ਉਹ ਮੈਂ ਦੋ ਇਕੱਠੇ ਪੇਸ਼ ਕਰਿਆ ਕਰ ਹੈ ਕਬ ਮੇਰੇ ਕੋਲੇ ਚਾਚਾ ਦਾ ਵਿਚਾਰ ਆ ਇੱਕ ਤੁਹਾਡੇ ਵਾਲਾ ਤੁਸੀਂ ਮੈਨੂੰ ਆਪ ਦੇ ਵਾਲਾ ਪਹਿਲਾਂ ਹੀ ਦੱਸਦਾ ਮੈਂ ਦੋ ਇਕੱਠੇ ਕਰ ਦਿਆ ਕਰੂ ਠੀਕ ਹੈ ਉਹ ਵੀ ਹਾਜ਼ਰ ਹੈ ਚਾਚਾ ਦਾ ਵਿਚਾਰ ਹਰਮਨਜੀਤ ਬਿਕਰਮ ਸਿੰਘ ਮਜੀਠੀਆ ਨੂੰ ਜਾਣ ਦਾ ਖਤਰਾ ਜੇਲ੍ਹ ਦੇ ਵਿੱਚ ਹਾਂਜੀ ਤੇ ਮੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣ ਲੱਗ ਪਏ ਇਸ ਤੋਂ ਬਾਅਦ ਦੇਖੋ ਕਿਸੇ ਨੂੰ ਵੀ ਕਿਤੇ ਵੀ ਜਾਨ ਦਾ ਖਤਰਾ ਨਾ ਹੋਵੇ ਮਜੀਠੀਆ ਸਾਹਿਬ ਵੀ ਤੇ ਹਰ ਕੋਈ ਸਮੂਹ ਪੰਜਾਬੀ ਜਿਹੜੇ ਉਹ ਤੰਦਰੁਸਤੀ ਦੇ ਵਿੱਚ ਰਹਿਣ ਕਿਸੇ ਨਾਲ ਤੁਸੀਂ ਵਿਚਾਰ ਧਾਰਕ ਤੌਰ ਦੇ ਉੱਤੇ ਮਤਭੇਦ ਰੱਖਦੇ ਹੋ ਹਾਂ ਪਰ ਉਹਦੇ ਬਾਰੇ ਮਾੜਾ ਨਹੀਂ ਸੋਚਣਾ ਚਾਹੀਦਾ ਜੀ ਤੇ ਪੱਤਰਕਾਰ ਹੋਣ ਦੇ ਨਾਤੇ ਅਸੀਂ ਸਾਰਿਆਂ ਦਾ ਹੀ ਭਲਾ ਮੰਗਦੇ ਹਾਂ ਹਰ ਸਿਆਸੀ ਆਗੂ ਦਾ ਹਰ ਵੋਟਰ ਦਾ ਹਰ ਜਥੇਬੰਦੀ ਦੇ ਆਗੂ ਦਾ ਅਸੀਂ ਚਾਹੁੰਦੇ ਹਾਂ ਵੀ ਉਹ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਜੇਕਰ ਜੇਲ੍ਹ ਦੇ ਵਿੱਚ ਗੈਂਗਸਟਰਾਂ ਦਾ ਖਤਰਾ ਤਾਂ ਮੇਰੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਵੀ ਫਿਰ ਬਾਹਰਲੇ ਪਾਸੇ ਕੀ ਬਣਦਾ ਹੋਊਗਾ ਜੀ ਜੇਲ੍ਹ ਦੇ ਵਿੱਚ ਜਾਣ ਦਾ ਖਤਰਾ ਤਾਂ ਫਿਰ ਜਿਹੜੇ ਸੜਕਾਂ ਦੇ ਉੱਤੇ ਫਿਰਦੇ ਲੋਕ ਜਿਹੜੇ ਬਾਜ਼ਾਰਾਂ ਦੇ ਵੱਲ ਜਾਂਦੇ ਆ ਜਿਹੜੇ ਕੰਮਕਾਜ ਲਈ ਜਾਂਦੇ ਆ ਜਿਹੜੇ ਸੈਰਤੇ ਜਾਂਦੇ ਆ ਜਿਹੜੇ ਖੇਤ ਨੂੰ ਜਾਂਦੇ ਆ ਜਿਹੜੇ ਪੜ੍ਹਨ ਲਿਖਣ ਦੇ ਲਈ ਮੁੰਡੇ ਕੁੜੀਆਂ ਬਾਹਰ ਨਿਕਲਦੇ ਆ ਉਹਨਾਂ ਵਿਚਾਰਿਆਂ ਦਾ ਕੀ ਬਣਦਾ ਹੋਊਗਾ ਤੇ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਦੀ ਦਹਿਸ਼ਤ ਆ ਪਿਛਲੇ ਕੁਝ ਕੇ ਸਮੇਂ ਤੋਂ ਇਹਦੇ ਬਾਰੇ ਆਪਾਂ ਜਾਣਦੇ ਆ ਜਦੋਂ ਕਬੱਡੀ ਖੇਡਦੇ ਖਿਡਾਰੀਆਂ ਦੇ ਗੋਲੀਆਂ ਵੱਜਦੀਆਂ ਹੋਣ ਸੰਦੀਪ ਨੰਗਲ ਅੰਮੀਆਂ ਵਰਗੇ ਨੌਜਵਾਨ ਜਿਹਨਾਂ ਦਾ ਬੁਰਜ ਜਿਹੜਾ ਸਰੀਰ ਆ ਬੁਰਜੀ ਜਿਹੜਾ ਤੇ ਉਹਨੂੰ ਮਾਰ ਦਿੱਤਾ ਜਾਂਦਾ ਹੋਵੇ ਉਹ ਵੀ ਖੇਡ ਦੇ ਮੈਦਾਨ ਦੇ ਵਿੱਚ ਤਾਂ ਸਮਝ ਸਕਦੇ ਆ ਵੀ ਚਿੰਤਾਜਨਕ ਮਾਹੌਲ ਹੈਗਾ। ਬਿਲਕੁਲ ਸਹੀ ਹੈ। ਪਰ ਵਿਕਰਮ ਸਿੰਘ ਮਜੀਠੀਆ ਨੇ ਜਿਹੜੀ ਗੱਲ ਕਹੀ ਆ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਦੇ ਵਿੱਚ ਇਹਨੇ ਸੋਚਣ ਵਿਚਾਰਨ ਵਾਸਤੇ ਮਜਬੂਰ ਜ਼ਰੂਰ ਕਰਤਾ। ਪਿਛਲੇ ਕੁਝ ਦਿਨਾਂ ਤੋਂ ਟਾਹਣਾ ਸਾਹਿਬ ਇਹੋ ਜੀਆਂ ਖਬਰਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕਿਤੇ ਕੋਈ ਖਬਰ ਆ ਜਾਂਦੀ ਹੈ ਸਾਹਮਣੇ ਵੀ ਕਿਸੇ ਥਾਂ ਤੇ ਗੋਲੀਆਂ ਚੱਲ ਗਈਆਂ ਕਿਤੇ ਕੋਈ ਖਬਰ ਆ ਜਾਂਦੀ ਹੈ ਕਿਤੇ ਕੋਈ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਲੈ ਕੇ ਵੀ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਜਿਹਨੇ ਧਮਕੀ ਦਿੱਤੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਲਹਿਰਾਗਾਗਾ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਬਰਿੰਦਰ ਗੋਇਲ ਜੀ ਬਿਲਕੁਲ ਉਹਨਾਂ ਨੂੰ ਧਮਕੀ ਮਿਲੀ ਸੀ ਤੇ ਇੱਕ ਹੋਰ ਕਾਂਗਰਸੀ ਆਗੂ ਨੇ ਕਿਹਾ ਹਾਂ ਉਹ ਕਹਿੰਦੇ ਜੀ ਮੇਰੇ ਪੁੱਤ ਨੂੰ ਲਗਾਤਾਰ ਧਮਕੀਆਂ ਮਿਲ ਰਹੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਆ ਕੁਝ ਕਿਉਂ ਹੋ ਰਿਹਾ ਬਿਲਕੁਲ ਸਹੀ ਸੋ ਇੱਥੋਂ ਤੁਸੀਂ ਉੱਪਰ ਵੱਡੀਆਂ-ਵੱਡੀਆਂ ਕੁਰਸੀਆਂ ਦੇ ਉੱਪਰ ਬੈਠੇ ਹੋਏ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨ ਰਹੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤਾਂ ਫਿਰ ਆਮ ਲੋਕ ਜਿਹੜੇ ਹਰ ਰੋਜ਼ ਪਤਾ ਨਹੀਂ ਕਿੰਨੇ ਕਹਿ ਲਓ ਵੀ ਡਾਰਸਹਿਬ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਂਦੇ ਹੋਣਗੇ ਉਹਨਾਂ ਵਿਚਾਰਿਆਂ ਦੀ ਸੁਰੱਖਿਆ ਦੇ ਲਈ ਕੀ ਪ੍ਰਬੰਧ ਨੇ ਭਾਵੇਂ ਕਿ ਭਗਵੰਤ ਮਾਨ ਹੁੜਾ ਦੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀ ਨਾਲ ਮੀਟਿੰਗ ਕਰਕੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਗਿਆ ਜੀ ਏਡੀਜੀਪੀ ਪੱਧਰ ਦਾ ਇੱਕ ਅਧਿਕਾਰੀ ਇਹਦੀ ਅਗਵਾਈ ਕਰੂਗਾ ਗੈਂਗਸਟਰਾਂ ਤੋ ਸੁਰੱਖਿਅਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਾਉਣ ਦੇ ਲਈ ਇਹ ਸਾਰਾ ਉਦਮ ਕੀਤਾ ਜਾ ਰਿਹਾ ਪਰ ਸਵਾਲ ਉੱਥੇ ਹੀ ਹੈ ਵੀ ਕੀ ਜਿਲ੍ਹਾ ਨੇ ਵਿੱਚ ਖਤਰਾ ਤੇ ਮੈਂ ਰਿਪੋਰਟ ਪੜੀ ਜਿਹੜੀ ਉਹਦੇ ਵਿੱਚ ਪਤਾ ਲੱਗਾ ਜੀ ਕਿ 4 April ਦੀ ਰਾਤ ਨੂੰ ਅਕਾਲੀ ਦਲ ਦੇ ਕੁਝ ਆਗੂਆਂ ਨੇ ਕਿਹਾ ਕਿ 4 April ਦੀ ਰਾਤ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪਟਿਆਲੇ ਦੀ ਜੇਲ੍ਹ ਦੇ ਵਿੱਚੋਂ ਸ਼ਿਫਟ ਕੀਤਾ ਗਿਆ ਬੈਰਕ ਸ਼ਿਫਟ ਕੀਤੀ ਗਈ ਤੇ ਉਹਨਾਂ ਨੂੰ ਜਿਹੜੀ ਫਾਂਸੀ ਵਾਲੀ ਕੋਠੜੀ ਹੈ ਚੱਕੀ ਹੈ ਜਿਹੜੀ ਹਾਂਜੀ ਉੱਥੇ ਬੰਦ ਕਰ ਦਿੱਤਾ ਗਿਆ ਇੱਥੇ ਉਹ ਬੰਦੇ ਰੱਖੇ ਜਾਂਦੇ ਜਿਨ੍ਹਾਂ ਨੂੰ ਫਾਂਸੀ ਦੀ سزا ਹੋਈ ਹੋਵੇ ਫਿਰ ਉੱਥੇ ਕਾਗਜ਼ੀ ਪੱਤਰੀ ਕਾਰਵਾਈ ਨਹੀਂ ਸੀ ਪੂਰੀ ਹੁੰਦੀ ਫਿਰ ਉਹਨਾਂ ਨੂੰ ਜੋੜੇ ਚੱਕੀ ਦੇ ਵਿੱਚ ਰੱਖਿਆ ਗਿਆ ਕੋਈ ਜੋੜੀ ਚੱਕੀ ਵੀ ਹੁੰਦੀ ਹੈ ਜਿਹੜੇ ਕਿ ਜੇਲ੍ਹ ਦੇ ਵਿੱਚ ਕੋਈ ਅਪਰਾਧ ਕਰਦੇ ਉੱਥੇ ਉਹ ਕੈਦੀ ਰੱਖੇ ਜਾਂਦੇ ਆ ਤੇ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਗੱਲ ਕਹੀ ਹੈ ਉਹਨਾਂ ਦੇ ਵਕੀਲਾਂ ਨੇ ਗੱਲ ਕਹੀ ਹੈ ਵੀ ਗੈਂਗਸਟਰਾਂ ਦਾ ਬੜਾ ਖਤਰਾ ਹੈਗਾ ਇੱਥੇ ਤੇ ਪਹਿਲਾਂ ਵਾਲੀ ਬੈਰਕ ਦੇ ਵਿੱਚ ਸ਼ਿਫਟ ਕੀਤਾ ਜਾਵੇ ਜੀ ਬਿਲਕੁਲ ਤੁਸੀਂ ਇਹ ਵੇਖੋ ਟਾਣਾ ਸਾਹਿਬ ਕਿ ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਕੱਲੇ ਗੈਂਗਸਟਰਸ ਦੀ ਗੱਲ ਤਾਂ ਹੈ ਹੀ ਨਹੀਂ ਆ ਤੁਸੀਂ ਇਹ ਵੇਖੋ ਕਿ ਅੱਜ ਅਖਬਾਰਾਂ ਭਰੀਆਂ ਪਈਆਂ ਨੇ ਕਿਤੇ ਵੀ ਬੰਦੂਕ ਕੱਢ ਕੇ ਕੋਈ ਵੀ ਕਿਸੇ ਨੂੰ ਗੋਲੀ ਮਾਰ ਦਿੰਦਾ ਹੈ ਕਿਤੇ ਵੀ ਜਿਹੜੇ ਆਹ ਰਿਵਾਲਵਰ ਕੱਢ ਕੇ ਤਾਂ ਕੋਈ ਵੀ ਕਿਸੇ ਨੂੰ ਡਰਾਉਂਦਾ ਧਮਕਾ ਦਿੰਦਾ ਹੈ ਇਹ ਇਕੱਲੇ ਗੈਂਗਸਟਰਸ ਤੱਕ ਤਾਂ ਗੱਲ ਰਹਿ ਹੀ ਨਹੀਂ ਗਈ ਇਹ ਤਾਂ ਕਹਿ ਲਓ ਵੀ ਕੋਈ ਪਤਾ ਹੀ ਨਹੀਂ ਹੁੰਦਾ ਵੀ ਕਿਹਨੇ ਤੁਹਾਡੇ ਨਾਲ ਕੀ ਕਰ ਜਾਣਾ ਹੈ ਕਿਹੜੇ ਵੇਲੇ ਜਿਹੜੀ ਉਹ ਵਾਪਰ ਜਾਣੀਆਂ ਸੋ ਇਸ ਵੇਲੇ ਮਾਹੌਲ ਬਹੁਤ ਜ਼ਿਆਦਾ ਚਿੰਤਾਜਨਕ ਬਣਿਆ ਹੋਇਆ ਪੰਜਾਬ ਦਾ ਔਰ ਇਹਦੇ ਲਈ ਕੋਈ ਨਾ ਕੋਈ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਆ ਇਕੱਲੇ ਕਾਗਜ਼ੀ ਗੱਲਾਂ ਨਾ ਹੋਣ ਜ਼ਮੀਨੀ ਪੱਧਰ ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਬਿਲਕੁਲ ਸਹੀ ਗੱਲ ਹੈ ਤੇ ਇਸ ਗੱਲ ਦੀ ਪੜਤਾਲ ਕਰਨੀ ਚਾਹੀਦੀ ਹੈ ਵੀ ਜੇਲ੍ਹਾਂ ਦੇ ਵਿੱਚ ਸੱਚੀ ਮੁੱਚੀ ਮਾਹੌਲ ਕਿਹੋ ਜਿਹਾ ਮੈਂ ਅਕਸਰ ਇਹ ਕਰ ਸੋਚਦਾ ਹੁੰਨਾ ਵੀ ਜੇਲ੍ਹਾਂ ਦੇ ਬਾਹਰ ਲਿਖਿਆ ਹੋਇਆ ਸੁਧਾਰ ਕਰ ਬਿਲਕੁਲ ਲਿਖਣ ਦੇ ਨਾਲ ਅੰਦਰ ਸੁਧਾਰ ਨਹੀਂ ਹੁੰਦੇ ਬਿਲਕੁਲ ਓਵੇਂ ਜਿਵੇਂ ਸਰਕਾਰੀ ਸਕੂਲਾਂ ਦੇ ਉੱਤੇ ਕੂਚੀ ਫੇਰ ਕੇ ਲਿਖਿਆ ਗਿਆ ਸਮਾਰਟ ਸਕੂਲ ਪਰ ਲਿਖਣ ਦੇ ਨਾਲ ਇਹ ਕਦੇ ਸਮਾਰਟ ਨਹੀਂ ਬਣਦੇ ਇਹਨਾਂ ਦੇ ਅੰਦਰ ਪੂਰੀ ਗਿਣਤੀ ਦੇ ਵਿੱਚ ਅਧਿਆਪਕ ਸਹਿਬਾਨ ਹੋਣ ਉੱਥੇ ਬੈਂਚ ਹੋਣ ਉੱਥੇ ਕੰਪਿਊਟਰ ਹੋਣ ਉੱਥੇ ਸਫਾਈ ਹੋਵੇ ਉੱਥੇ ਖੇਡ ਦਾ ਮੈਦਾਨ ਹੋਵੇ ਉੱਥੇ ਬਾਕੀ ਸਹੂਲਤਾਂ ਹੋਣ ਤਾਂ ਕਰਕੇ ਉੱਥੇ ਅਸੀਂ ਸਮਾਰਟ ਕੁੱਝ ਕਹਿ ਸਕਦੇ ਹਾਂ ਤਾਂ ਕਰਕੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਸੁਧਾਰ ਦੀ ਗੱਲ ਕਹਿ ਸਕਦੇ ਜੇਕਰ ਅਸਲ ਅਰਥਾ ਦੇ ਵਿੱਚ ਕੁਝ ਹੋਵੇ ਸੋ ਬੇਨਤੀ ਇਹ ਹੈ ਜੀ ਕਿ ਜਿਹੜੇ ਜਿਹੜੇ ਵੀ ਮਹਿਕਮੇ ਜਿਹੜੇ ਜਿਹੜੇ ਕੋਲ ਵੀ ਹੈਗੇ ਆ ਉਹ ਇਸ ਗੱਲ ਦੇ ਵੱਲ ਦਿਲੀ ਤੌਰ ਤੇ ਖਿਆਲ ਕਰਨ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਦਾ ਪਸਾਰਾ ਹੋ ਰਿਹਾ ਇਹਨੂੰ ਰੋਕਿਆ ਜਾਵੇ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚੰਚੀ ਦਾ ਮੀਚਾ ਹਰਮਨ ਜੀ ਅੱਜ ਜਦੋਂ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ ਉਰੋ ਤੱਕ ਹਿਮਾਚਲ ਦੇ ਵਿੱਚ ਰੋਡ ਸ਼ੋ ਆਮ ਆਰਮੀ ਪਾਰਟੀ ਦਾ ਮੁੱਕ ਚੁੱਕਿਆ ਹੋਊਗਾ ਬਿਲਕੁਲ ਸਹੀ ਕਿਉਂਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਬਾਕੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਆਮ ਆਰਮੀ ਪਾਰਟੀ ਦੀ ਉਹਨਾਂ ਦਾ ਧਿਆਨ ਹੁਣ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵੱਲ ਆ ਜੀ ਉਹ ਕਹਿੰਦੇ ਦੋ ਸੂਬੇ ਜਿੱਤ ਲਏ ਜੇ ਦੋ ਹੋਰ ਗੱਲ ਬਣ ਜੇ ਤਾਂ ਉੱਤੇ ਤੱਕ ਗੱਲ ਬਣ ਜਾਣੀ ਆ ਉਹ ਕਹਿੰਦੇ ਵੀ ਜੇਕਰ ਗੱਲ ਬਣ ਗਈ ਦੋਵਾਂ ਦੇ ਵਿੱਚੋਂ ਇੱਕ ਸੂਬੇ ਦੇ ਵਿੱਚ ਵੀ ਤਿੰਨ ਸੂਬੇ ਸਾਡੇ ਕੋਲੇ ਹੋ ਜਾਣੇ ਆ ਉੱਤੇ ਤੱਕ ਫੇਰ ਵੀ ਗੱਲ ਬਣ ਜਾਣੀ ਆ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਲੈਵਲ ਦੇ ਇਨਸਾਨ ਆ ਇਹ ਟੱਕਰ ਦੇਣਗੇ ਮੋਦੀ ਸਾਹਿਬ ਨੂੰ ਆਉਂਦੇ ਸਮੇਂ ਚ ਗੱਲ ਬਣ ਜਾਣੀ ਆ ਤੇ ਆਮ ਆਦਮੀ ਪਾਰਟੀ ਨੇ ਤਾਂ ਇਹ ਵੀ ਗੱਲ ਕਹੀ ਆ ਕੱਲ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇੱਕ ਇੰਚਾਰਜ ਹੈਗੇ ਆ ਗੁਜਰਾਤ ਦੇ ਉਹ ਕਹਿੰਦੇ ਜੇ ਅੱਜ ਵੋਟਾਂ ਪੈ ਜਾਣ ਨਾ 58 ਸੀਟਾਂ ਵਟ ਤੇ ਪਈਆਂ ਹਾਂਜੀ ਵਟ ਤੇ अच्छा ये हुन ਸਮਾਂ ਦਸੂ ਬਣਦਾ ਕੀ ਆ ਪਰ ਭਗਵੰਤ ਮਾਨ ਹੋਰੀ ਠੰਡੀਆਂ ਥਾਵਾਂ ਤੇ ਫਿਰਦੇ ਆ ਤੇ ਪੰਜਾਬ ਦੇ ਵਿੱਚ ਮਾਹੌਲ ਵਿਗੜੀ ਜਾਂਦਾ ਇਹ ਮੈਂ ਨਹੀਂ ਕਹਿੰਦਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਸਿੱਧੂ ਸਾਹਿਬੇ ਗੱਲ ਕਹਿੰਦੇ ਇਹ ਵੀ ਦੇਖੋ ਪਟਿਆਲੇ ਦੇ ਵਿੱਚ ਯੂਨੀਵਰਸਿਟੀ ਦੇ ਕੋਲੇ પેટ્રોલ ਪੰਪ ਦੇ ਕੋਲੇ ਇੱਕ ਤਰਮਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਗੋਲੀਆਂ ਮਾਰੀਆਂ ਉਹਦੀ ਵੀਡੀਓ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਕਹਿੰਦੇ ਵੀ ਇੱਥੇ ਅਣਪਛਾਤੇ ਬੰਦੇ ਗੋਲੀ ਮਾਰ ਗਏ ਪੰਜਾਬ ਦੇ ਵਿੱਚ ਲਗਾਤਾਰ ਕਤਲ ਹੋ ਰਹੇ ਆ ਲਗਾਤਾਰ ਗੈਂਗਸਟਰਾਂ ਦੇ ਵਿੱਚ ਵਾਧਾ ਹੋ ਰਿਹਾ ਲਗਾਤਾਰ ਬਦਮਾਸ਼ਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਕਦੇ ਕਿਸੇ ਦੀ ਲਤ ਮਾਂ ਤੋੜ ਜਾਂਦੇ ਕਦੇ ਕਿਸੇ ਦੀ ਜਾਨ ਲੈ ਜਾਂਦੇ ਆ ਤੇ ਆਪਾਂ ਅਗਲੇ ਸੂਬੇ 'ਚ ਸਰਕਾਰ ਬਣਾਉਣ ਨੂੰ ਫਿਰਦੇ ਆ ਆਪਾਂ ਨੂੰ ਇੱਥੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸਿੱਧੂ ਦੇ ਸਵਾਲਾਂ ਮੁਤਾਬਕ ਦੇਖੋ ਗਾਲ੍ਹਾਂ ਨਾ ਦੀਵਾਜਾ ਬੈ ਜ਼ਰੂਰ ਪ੍ਰਬੰਧ ਹੋਣੇ ਚਾਹੀਦੇ ਨੇ ਪਰ ਕੁਝ ਕੁ ਸਵਾਲ ਤਾਂ ਸਿੱਧੂ ਸਾਹਿਬ ਨੂੰ ਵੀ ਕਰਨੇ ਬਣਦੇ ਨੇ ਕਿ ਜਿਸ ਵੇਲੇ ਤੱਕ ਤੁਹਾਡੀ ਸਰਕਾਰ ਸੀ ਪੰਜਾਬ ਦੇ ਵਿੱਚ ਕਿ ਉਦੋਂ ਸਾਰਾ ਕੁਝ ਠੀਕ ਸੀ ਨਹੀਂ ਠੀਕ ਉਦੋਂ ਵੀ ਨਹੀਂ ਸੀ ਤੇ ਸਾਰਾ ਕੁਝ ਹੁਣ ਵੀ ਨਹੀਂ ਠੀਕ ਜੀ ਬਿਲਕੁਲ ਸੋ ਮੈਂ ਤਾਂ ਉਹੀ ਕਹਿੰਨੀ ਆ ਕਿ ਸਵਾਲ ਵਾਜਬ ਨੇ ਉਹਨਾਂ ਦੇ ਵਾਕ ਹੀ ਆਪਣੇ ਸੂਬੇ ਵਾਲ ਪਹਿਲਾਂ ਖਿਆਲ ਕਰਨਾ ਚਾਹੀਦਾ ਭਗਵੰਤਪਾਨ ਹੋਰਾਂ ਨੂੰ ਪਹਿਲਾਂ ਇੱਥੇ ਜਿਹੜੀਆਂ ਸਮੱਸਿਆਵਾਂ ਨੇ ਉਹਦਾ ਹੱਲ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੇ ਵੋਟਾਂ ਤੁਹਾਨੂੰ ਇਸ ਲਈ ਪਾਈਆਂ ਨੇ ਕਿ ਲੋਕ ਉਹਨਾਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਨੇ ਹੈਨਾ ਪਰ ਦੂਸਰੇ ਬੰਨੇ ਗੱਲ ਹੈ ਮੈਨੂੰ ਨਾ ਇੱਕ ਚੀਜ਼ ਟੜਾ ਸਾਹਿਬ ਜਿਹੜੀ ਆ ਉਹ ਸਮਝ ਨਹੀਂ ਆਉਂਦੀ ਕਿ ਸਾਡੇ ਲੋਕਾਂ ਦੇ ਵਿੱਚ ਕਾਲ ਬਹੁਤ ਜ਼ਿਆਦਾ ਹੈ ਮੈਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਹੀ ਮੈਂ ਵੈਸੇ ਗੱਲ ਕਰ ਰਹੀ ਹਾਂ ਜਦੋਂ ਵੀ ਕੋਈ ਵੀ ਨਵੀਂ ਸੱਤਾ ਧਿਰ ਬਣਦੀ ਹੈ ਪਾਰਟੀ ਸਾਨੂੰ ਇਹ ਹੁੰਦਾ ਵੀ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਠੀਕ ਕਰ ਦਵੇ ਉਸ ਤੋਂ ਪਹਿਲਾਂ ਜੋ ਜੋ ਕੁਝ ਖਰਾਬ ਹੋਇਆ ਉਹ ਕਿੰਨੇ ਸਾਲਾਂ ਚ ਹੋਇਆ ਉਹਦੇ ਲਈ ਕੌਣ ਕੌਣ ਜ਼ਿੰਮੇਵਾਰ ਹੈ ਸਾਰਾ ਕੁਝ ਅਸੀਂ ਭੁੱਲ ਜਾਂਦੇ ਹਾਂ ਸਾਨੂੰ ਫਟਾਫਟ ਰਿਜ਼ਲਟ ਚਾਹੀਦਾ ਹੁੰਦਾ ਹੈ ਨਾ ਸੋ ਗੱਲ ਇਹ ਹੈ ਕਿ ਇੱਥੇ ਵੀ ਉਹੀ ਚੀਜ਼ਾਂ ਸ਼ਾਇਦ ਲਾਗੂ ਹੋ ਰਹੀਆਂ ਨੇ ਠੀਕ ਹੈ ਭਗਵਾਨਤ ਮਾਨ ਹੋਰਾਂ ਨੂੰ ਜ਼ਰੂਰ ਆਪਣੇ ਸੂਬੇ ਵੱਲ ਖਿਆਲ ਕਰਨਾ ਚਾਹੀਦਾ ਹੈ ਕਿਉਂਕਿ ਸੂਬੇ ਦੇ ਲੋ ਦੇ ਨਾਲ ਇਹ ਖਰਾਬ ਕਦੋਂ ਤੋਂ ਹੋਇਆ ਉਹਦੇ ਲਈ ਸਾਨੂੰ ਥੋੜਾ ਸਮਾਂ ਵੀ ਦੇਣਾ ਚਾਹੀਦਾ ਅਗਲੀ ਗੱਲ ਇਹ ਆ ਵੀ ਜੇ ਐਤਕੀ ਆਮ ਆਦਮੀ ਪਾਰਟੀ ਦੀ ਥਾਂ ਤੇ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਦੀ ਹਾਂ ਆ ਕਾਲੀ ਦਲ ਦੀ ਬਣ ਜਾਂਦੀ ਜੇ ਮੰਨ ਲਓ ਭਾਜਪਾ ਦੀ ਬਣ ਜਾਂਦੀ ਜੀ ਅਸੀਂ ਤਾਂ ਵੀ ਇਹ ਗੱਲ ਕਹਿਣੀ ਸੀ ਵੀ ਯਾਰ ਤਿੰਨ ਚਾਰ ਮਹੀਨੇ ਤੱਕ ਨੂੰ ਮਾਹੌਲ ਸਮਝਣ ਦੇ ਵਿੱਚ ਦੇਉ ਕਿਉਂਕਿ ਇਹਨਾਂ ਦੇ ਕੋਲੇ ਇੱਕ ਨੁਕਤਾ ਹੋਊਗਾ ਜੀ ਕਿ ਪਿਛਲਿਆਂ ਨੇ ਬੜੇ ਵਿਗਾੜ ਪੈਦਾ ਕਰਤੇ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਮ ਆਦਮੀ ਪਾਰਟੀ ਬਿਲਕੁਲ ਨਵੀਂ ਨਕੋਰ ਆ ਪੰਜਾਬ ਦੀ ਰਾਜਨੀਤੀ 'ਚ ਇਸ ਕਰਕੇ ਮੌਕਾ ਸੰਭਾਲਦੇ ਸੰਭਾਲਦੇ ਸਭ ਕੁਝ ਸਮਝਦੇ ਸਮਝਦੇ ਇਨਾ ਚਿਰ ਵੀ ਨਾ ਲਾ ਦਿਓ ਵੀ ਪੰਜਾਬ ਦੇ ਲੋਕ ਮੌਕਾ ਦੇਣਾ ਬੰਦ ਕਰ ਦੇਣ ਇਸ ਕਰਕੇ ਥੋੜਾ ਜਿਹਾ ਹੁਣ ਥਿੱਚ ਕੇ ਰੱਖੋ ਕੰਮ ਹਾਂ ਇਹ ਨਹੀਂ ਵੀ ਆਪਾਂ ਇਕੱਲੇ ਇਕੱਲੇ ਫੈਸਲੇ ਦੀ ਖਬਰ ਲਵਾਉਣੀ ਆ ਅਸੀਂ ਆ ਐਲਾਨ ਕੀਤਾ ਅਸੀਂ ਆ ਫੈਸਲਾ ਕੀਤਾ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਹੌਲੀ ਹੌਲੀ ਤਤੇ ਰੂਪ ਦੇ ਵਿੱਚ ਕੰਮ ਕੀਤੇ ਜਾਣ ਕਾਲੀ ਰੂਪ ਦੇ ਵਿੱਚ ਕੰਮ ਕੀਤੇ ਜਾਣ ਕਿਤੇ ਇਹ ਨਾ ਹੋਏ ਸਾਢੇ 4 ਸਾਲ ਤੁਹਾਨੂੰ ਮਾਹੌਲ ਸਮਝਣ ਤੇ ਲੱਗ ਜਵੇ ਮੁੜ ਕੇ ਅੰਤਲੇ 6 ਮਹੀਨਿਆਂ ਦੇ ਵਿੱਚ ਤੁਸੀਂ ਵੀ ਕਹੋ ਵੀ ਅਸੀਂ ਆਹ ਕਰ ਦਿੰਨੇ ਆਂ ਆਹ ਕਰ ਦਿੰਨੇ ਆਂ ਆਹ ਕਰ ਦਿੰਦੇ ਨੇ ਲੋਕਾਂ ਨੂੰ ਸਭ ਪਤਾ ਲੱਗਦਾ ਵੀ ਕੌਣ ਕਿਹੜੇ ਵੇਲੇ 'ਚ ਕੀ ਕਰ ਰਿਹਾ ਹੈ ਜਾਂ ਕਿਉਂ ਕਰ ਰਿਹਾ ਹੈ ਜੀ ਆਸਾਂ ਬਿਹੱਦਾ ਇਹਨਾਂ ਆਸਾਂ ਨੂੰ ਤੋੜਿਓ ਨਾ ਜੀ ਇਹ ਆਸਾਂ ਕਣ ਨਾ ਇਹਨਾਂ ਆਸਾਂ ਤੇ ਮਿੱਟੀ ਨਾ ਪੈ ਜੇ ਇਹਨਾਂ ਆਸਾਂ ਨੂੰ ਬੂਰ ਲੱਗੇ ਤੇ ਜੇ ਤਾਂ ਲੱਗਿਆ ਬੂਰ ਤਾਂ ਫਿਰ ਤਾਂ ਦੇਖੋ ਬੱਲੇ ਬੱਲੇ ਚਾਰੇ ਪਾਸੇ ਹੋ ਜੋ ਤੇ ਜੇ ਨਾ ਲੱਗਿਆ ਬੂਰ ਤੇ ਫਿਰ ਅਗਲ ਕੰਚੋੜਾਂ ਚ ਚੂਰ ਚੂਰ ਹਾਂ ਤੇ ਕੁਛ ਨਾ ਕੁਛ ਇਹੋ ਜਿਹਾ ਹੋਊਗਾ ਸੋ ਬਹੁਤ ਸਾਰੀਆਂ ਉਮੀਦਾਂ ਪੂਰੀਆਂ ਕਰਿਓ ਬਿਲਕੁਲ ਉਹ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨਜੀਤ ਸਭ ਤੋਂ ਪਹਿਲਾਂ ਅੱਜ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਾਹਿਬ ਦਾ ਧੰਨਵਾਦ ਕਰੋ ਕਾਤੇ ਸ਼ੁਕਰੀਆ ਦਾ ਕਰੋ ਪਹਿਲਾਂ ਕਿਉਂ ਕਰਾਂ ਸ਼ੁਕਰ ਗਿਆ ਸਾਰੇ ਭਾਰਤੀ ਕਰੋ ਕਿਉਂ ਮੈਂ ਵੀ ਕਰਨਾ ਜੀ ਤੁਸੀਂ ਵੀ ਕਰੋ ਜੀ ਜਾਣ ਦੇ ਨਾਲ ਉਹਨਾਂ ਦਾ ਧੰਨਵਾਦ ਕਰੋ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਿਰਫ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 5% ਦੀ ਵਾਧਾ ਹੋਇਆ ਜਦਕਿ ਅਮਰੀਕਾ ਕੈਨੇਡਾ ਦੇ ਵਿੱਚ 50% ਤੋਂ ਉੱਤੇ ਦਾ ਵਾਧਾ ਹੋ ਗਿਆ ਉਹ ਕਹਿੰਦੇ ਵੀ ਅਸੀਂ ਮਹਿੰਗਾਈ ਨੂੰ ਕਾਬੂ ਦੇ ਵਿੱਚ ਰੱਖਣਾ ਜਾਣਦੇ ਆ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਆ ਲੋਕ ਇਸ ਤਰੀਕੇ ਦੇ ਨਾਲ ਅਸੀਂ ਤੜਫਾਉਣੇ ਨਹੀਂਗੇ ਅਸੀਂ ਲੋਕਾਂ ਦੇ ਜਜ਼ਬਾਤ ਦੀ ਕਦਰ ਕਰਦੇ ਆ ਲੋਕਾਂ ਦੀ ਜੇਬ ਦਾ ਖਿਆਲ ਰੱਖਦੇ ਆ ਇਸ ਕਰਕੇ ਸਿਰਫ 5% ਓਨਲੀ 5% ਮੈਂ ਹੱਥ ਵੇਲੇ ਕਰ ਲੈ ਤਾੜੀਆਂ ਮਜਾਓ ਮਜਾਓ ਮੈਮੀ ਤੁਹਾਡਾ ਬਦਲ ਕਰ ਰਹੇ ਤੁਹਾਡੀ ਬਹੁਤ ਅੱਛੀ ਗੱਲ ਕੀਤੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਤਰਕ ਨਾਲ ਭਰੀ ਹੋਈ ਗੱਲ ਸੀ ਇਹ ਹੋ ਸਕਦਾ ਹੈ ਹਫ਼ਤਿਆਂ ਬੱਧੀ ਮਹੀਨਿਆਂ ਬੱਧੀ ਇਹਨਾਂ ਨੂੰ ਮਿਹਨਤ ਕਰਨੀ ਪਈ ਹੋਵੇ ਇਸ ਸੱਟ ਤੱਕ ਪਹੁੰਚਣ ਦੇ ਇਹ ਖੋਜ ਕਰਨਾ ਕੋਈ ਸੌਖਾ ਕੰਮ ਨਹੀਂ ਸੀਗਾ ਇਹ ਖੋਜ ਗੈਲੀਲਿਓ ਤੋਂ ਬਾਅਦ ਇਹ ਨਵੀਂ ਆਈ ਹੈ ਗੈਲੀਲਿਓ ਨੇ ਕੀਤੀ ਜਿਹੜੀ ਖੋਜ ਜੀ ਉਸ ਤੋਂ ਬਾਅਦ ਉਹ ਕੌਣ ਬੈਠੇ ਸੀਗੇ ਸੇਬ ਦੇ ਰੁੱਖ ਥੱਲੇ ਉਹ ਉਹ ਕਿਹੜੇ ਉਹਨਾਂ ਦਸਤੋ ਸਹੀ ਜਿਹਨੇ ਗ੍ਰੈਵਿਟੀ ਦੀ ਖੋਜ ਕੀਤੀ ਨਹੀਂ ਨਹੀਂ ਕੀ ਕਿਹਾ ਸੀ ਉਹ ਜਿਹੜੇ ਸੇਬ ਦੇ ਦਰਖਤ ਥੱਲੇ ਬੈਠੇ ਸੀਗੇ ਹੈ ਨਿਊਟਨ ਨਿਊਟਨ ਸਾਹਿਬ ਇਹ ਉਹਨਾਂ ਤੋਂ ਬਾਅਦ ਅਗਲੀ ਖੋਜ ਆ ਜੀ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸੇਪਤਾਂ ਨੂੰ ਕਿਉਂ ਨਹੀਂ ਚਲਾ ਗਿਆ ਇਹ ਥੱਲੇ ਨੂੰ ਕਿਉਂ ਡਿੱਗਿਆ ਧਰਤੀ ਖਿੱਚਦੀ ਆ ਹੂੰ ਗੁਰਤਾ ਖਿੱਚ ਹੈ ਇਹਦੇ ਵਿੱਚ ਇਹਨਾਂ ਨੇ ਵੀ ਨਵੀਂ ਕੀਤੀ ਆ ਵੈਸੇ ਤਾਂ ਭਾਰਤ ਦੇ ਮੰਤਰੀ ਸਹਿਬਾਨ ਸਤਕਾਰਯੋਗ ਆ ਜਿਹੜੇ ਉਸ ਸਮੇਂ ਸਮੇਂ ਤੇ ਖੋਜਾਂ ਕਰਦੇ ਆ ਪਰ ਦੇਖੋ ਇੰਨਾ ਵੱਡਾ ਅੰਕੜਾ ਪੇਸ਼ ਕਰਨਾ ਸੌਕਾ ਨਹੀਂ ਹੁੰਦਾ ਕੱਲ ਕਰਿਆ ਮੈਂ ਪੂਰੇ ਅੰਕੜੇ ਮੈਂ ਸੁਣਾਉਣੀ ਆ ਕਹਿੰਦੇ ਭਾਰਤ ਦੇ ਵਿੱਚ ਪੈਟਰੋਲ ਸਿਰਫ 5% ਦੀ ਮਹਿੰਗਾ ਹੋਇਆ ਹੈ ਜਦਕਿ ਅਮਰੀਕਾ ਦੇ ਵਿੱਚ 51% ਦੀ ਕੈਨੇਡਾ ਦੇ ਵਿੱਚ 52% ਦੀ ਜਰਮਨੀ ਵਿੱਚ 55% ਦੀ ਬ੍ਰਿਟੇਨ ਵਿੱਚ 55% ਦੀ ਫਰਾਂਸ 'ਚ 50% ਤੇ ਸਪੇਨ ਦੇ ਵਿੱਚ 58% ਮਹਿੰਗਾ ਹੋ ਚੁੱਕਿਆ ਹੁਣ ਮੇਰੀ ਇੱਕ ਬੇਨਤੀ ਹੋਰ ਆਵੇ ਬਿਲਕੁਲ ਠੀਕ ਹੈ ਤੁਸੀਂ 5% ਹੀ ਵਧਾਇਆ ਤੁਸੀਂ ਬਹੁਤ ਧੰਨਵਾਦ ਹੈ ਤੁਹਾਡਾ ਕਿਸੇ ਕਰਦੇ ਪਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਾਪਾਨ ਦੇ ਵਿੱਚ ਸਪੇਨ ਦੇ ਵਿੱਚ ਬਰਟੇਨ ਦੇ ਵਿੱਚ ਜਦੋਂ ਕਿਸੇ ਬੰਦੇ ਦਾ ਰੁਜ਼ਗਾਰ ਖੁੱਸ ਜਾਂਦਾ ਉਹਨੂੰ ਫਿਰ ਕਿੰਨੀਆਂ ਸਹੂਲਤਾ ਕਿੰਨੇ ਭੱਤੇ ਮਿਲਦੇ ਐ ਇੱਕ ਤਾਂ ਪਲੀਜ਼ ਇਹ ਦੱਸ ਦਿਓ ਜੀ ਜਦੋਂ ਕੋਈ ਬੰਦਾ ਢਿੱਲਾ ਮੱਠਾ ਹੋ ਜਾਂਦਾ ਕਿਸੇ ਦੀ ਸਿਹਤ ਦੇ ਵਿੱਚ ਕੋਈ ਵਿਗਾੜ ਆਉਂਦਾ ਤੇ ਫਿਰ ਉਹਦਾ ਮੁਫਤ ਦੇ ਵਿੱਚ ਕਿਵੇਂ ਇਲਾਜ ਹੁੰਦਾ ਕਿਰਪਾ ਕਰਕੇ ਇਹਦੇ ਬਾਰੇ ਵੀ ਦੱਸ ਦਿਓ ਕਰੋਨਾ ਮਹਾਮਾਰੀ ਦੇ ਕਰਕੇ ਭਾਰਤ ਦੇ ਵਿੱਚ ਥਾਲੀਆਂ ਤੇ ਤਾੜੀਆਂ ਵਜਾਉਣ ਦੀ ਡਿਊਟੀ ਲਾਈ ਗਈ ਹੈ ਲੋਕਾਂ ਨੇ ਵੀ ਇੰਦਾ ਭਾਜੂਗਾ ਸ਼ਰਮ ਮਾਰੇ ਮਰ ਜੂਗਾ ਕਰੋਨਾ ਇੱਥੇ ਪਰ ਬਾਹਰਲੇ ਮੁਲਕਾਂ ਦੇ ਵਿੱਚ 2250 ਡਾਲਰ ਮਹੀਨੇ ਦਾ ਉਹ ਖਾਤੇ ਦੇ ਵਿੱਚ ਪਾਉਂਦੇ ਰਹੇ ਆ ਉਹ ਕਹਿੰਦੇ ਤੁਹਾਨੂੰ ਜਿਉਣ ਦਾ ਅਧਿਕਾਰ ਆ ਰੋਟੀ ਤਾਂ ਖਾਣੀ ਆ ਤੁਸੀਂ ਕਿਹੜਾ ਤਾੜੀਆਂ ਨਾਲ ਢਿੱਡ ਭਰ ਲੈਣਾ ਮਾੜਾ ਜਾਂ ਉਧਰ ਵੀ ਖਿਆਲ ਆ ਪੱਕ ਰਗੇ ਜੀ ਉਸ ਤੋਂ ਇਲਾਵਾ ਆਪਾਂ ਕਿਹੜੀ ਦੇਸ਼ਾਂ ਦੀ ਉਦਾਹਰਣ ਦੇ ਰਹੇ ਆ ਜੀ ਬਿਲਕੁਲ ਉਸ ਤੋਂ ਇਲਾਵਾ ਸਾਡੇ ਮੁਲਕ ਦੇ ਵਿੱਚ ਹੋਰ ਕਿੰਨੀਆਂ ਚੀਜ਼ਾਂ ਨੇ ਟਾਣਾ ਸਾਹਿਬ ਤੁਸੀਂ ਇਹ ਦੱਸੋ ਵੀ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਸਿਆਸਤਦਾਨ ਨੇ ਉਹ ਆਪਣੇ ਕੰਮ ਨੂੰ ਐਜ਼ ਅ ਪ੍ਰੋਫੈਸ਼ਨ ਲੈਂਦੇ ਨੇ ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਅਸੀਂ ਇਹ ਕੰਮ ਵਧੀਆ ਢੰਗ ਨਾਲ ਕਰ ਰਹੇ ਹਾਂ ਉਦੋਂ ਤੱਕ ਕੁਰਸੀ ਤੇ ਬੈਠਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਨਹੀਂ ਮੇਰੇ ਤੋਂ ਕੋਈ ਗਲਤੀ ਹੋਈ ਆ ਆਪਣੇ ਆਪ ਉਸ ਕੁਰਸੀ ਨੂੰ ਛੱਡ ਕੇ ਪਿੱਛੇ ਹੋ ਜਾਂਦੇ ਨੇ ਸਾਡੇ ਮੁਲਕ 'ਚ ਸ਼ਾਇਦ ਇਹਦੀ ਵੀ ਤੁਲਨਾ ਕਰਨੀ ਚਾਹੀਦੀ ਆ ਬਿਲਕੁਲ ਹਰ ਗੱਲ ਦੀ ਤੁਲਨਾ ਕਰਕੇ ਅਸੀਂ ਜਿਹੜਾ ਸਾਨੂੰ ਇੱਕ ਕੰਮ ਸੂਤਜਾ ਲੱਗਦਾ ਉਹਦੀ ਗੱਲ ਕਰ ਦਿੰਨੇ ਬਾਕੀ ਗੱਲਾਂ ਕੌਣ ਕਰੂ ਜੇ ਕੋਈ ਹੋਰ ਕਰੂਗਾ ਫਿਰ ਕਹਣਗੇ ਵਿਰੋ ਕਰਦਗੇ ਜੇ ਤੁਲਨਾ ਕਰਨ ਲੱਗੇ ਆ ਫਿਰ ਤਾਂ ਕੱਲੀ ਕੱਲੀ ਗੱਲ ਦੀ ਹੋਊਗੀ ਨਾ ਬਿਲਕੁਲ ਸਹੀ ਐ ਤੁਸੀਂ ਕੱਲੀ ਮਹਿੰਗਾਈ ਦੀ ਤੁਲਨਾ ਇਦਾਂ ਨਾ ਨਾ ਕਰੋ ਵੀ ਪੈਟਰੋਲ ਦਾ ਹੌਸਲਾ ਦੇਣ ਦੇ ਲਈ ਲੋਕਾਂ ਨੂੰ ਪੁੱਛੋ ਕਿ ਉਹਨਾਂ ਦੇ ਉੱਪਰ ਕੀ ਬੀਤ ਰਿਹਾ ਇਸ ਵੇਲੇ ਜੇਕਰ ਆਪਾਂ ਕੱਲੇ ਪੈਟਰੋਲ ਦੀ ਗੱਲ ਨਹੀਂ ਕਰਦੇ ਤਾਂ ਸਭ ਉੱਥੇ ਜੇਕਰ ਕੋਈ ਬੰਦਾ ਜਿਹੜਾ ਹੈ ਉਹ ਦਿਹਾੜੀ ਦੇ ਵਿੱਚ ਜਿੰਨੇ ਪੈਸੇ ਕਮਾਉਂਦਾ ਹੈ ਜਿੰਨੇ ਡਾਲਰ ਕਮਾਉਂਦਾ ਹੈ ਉਹਨਾਂ ਡਾਲਰਾਂ ਦੇ ਵਿੱਚ ਉਹ ਵਧੀਆ ਰੋਟੀ ਖਾ ਸਕ ਤੇ ਇੱਕ ਬੜੀ ਹੋਰ ਮਹੱਤਵਪੂਰਨ ਗੱਲ ਹੈ ਕਿ ਬਾਹਰਲੇ ਮੁਲਕ ਦੇ ਵਿੱਚ ਕਿਸੇ ਵੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਦੇ ਲਈ ਇਹ ਗੱਲ ਕਈ ਕਦੇ ਕਿਸੀ ਮਹਿੰਗਾਈ ਖਤਮ ਕਰ ਦੇਣਗੇ ਕੀ ਉੱਥੇ ਪਹਿਲਾਂ ਡਰਾਮੇ ਕਰਦੇ ਸੀ ਸਿਲੰਡਰ ਸਿਰ ਤੇ ਰੱਖ ਕੇ ਵੀ ਮਹਿੰਗਾਈ ਡਾਇਨ ਖਾਏ ਜਾਤਾ ਹੈ ਤੇ ਬਾਅਦ ਦੇ ਵਿੱਚ ਆਪ ਹੀ ਖਾ ਗਈ ਸਾਰਾ ਕੁਝ ਫਿਰ ਇੱਕ ਬੇਨਤੀ ਹੋਰ ਆ ਜੀ ਮੈਨੂੰ ਸਮ੍ਰਿਤੀ ਹਰਾਨੀ ਜੀ ਚਿੱਤੇ ਆ ਗਏ ਹਾਂ ਫਿਰ ਇੱਕ ਬੇਨਤੀ ਹੋਰ ਆ ਕੀ ਬਾਹਰਲੇ ਮੁਲਕ ਦੇ ਵਿੱਚ ਕਿਸੇ ਵੀ ਸੱਤਾਧਾਰੀ ਧਿਰ ਜਿਹੜੀ ਕਿ ਉੱਥੋਂ ਦੀ ਸਰਕਾਰ ਹੋਵੇ ਜਿਹਦੀ ਉਹਨਾਂ ਦੇ ਕੋਲੇ ਇੱਕ ਸਾਧ ਹੈਗਾ ਜਿਹੜਾ ਖੱਬੀ ਇੱਕ ਬੰਦ ਕਰਕੇ ਮਨ ਹੈ ਪੇਟ ਕਮਾ ਕੇ ਟਿੱਡ ਕਮਾ ਕੇ 400 ਰੁਪਏ ਬ પેટ્રોલ ਦੇਗਾ 300 ਰੁਪਏ ਵਿੱਚ ਦੇ ਦੇਗਾ ਹਾਂ ਤੇ ਹੁਣ ਕਿੱਥੇ ਉਹ ਜੀ ਬਿਲਕੁਲ ਸਹੀ ਐ ਸੋ ਤੁਲਨਾ ਹਰ ਚੀਜ਼ ਦੀ ਕਿਤੇ ਅਮਰੀਕਾ ਦੇ ਵਿੱਚ ਹੈ ਕੋਈ ਹੋ ਜਾ ਸਾਧ ਨਾ 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 ਉਹ ਇੱਥੇ ਹੀ ਪਾਇਆ ਜਾਂਦਾ ਹਾਂ ਹਰ ਚੀਜ਼ ਦੀ ਤੁਲਨਾ ਕਰੋ ਕੱਲੀ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਦੇ ਲਈ ਇਹੋ ਜਿਹੇ ਬਹਾਨੇ ਨਾ ਘੜੋ ਜੋ ਅਸਲੀਅਤ ਹੈ ਲੋਕਾਂ ਨੂੰ ਉਹ ਤਾਂ ਦੱਸੋ ਤੁਸੀਂ ਇਹ ਤਾਂ ਦੱਸੋ ਵੀ ਕਿੰਨਾ ਕਿੰਨਾ ਟੈਕਸ ਤੁਸੀਂ ਵਸੂਲਦੇ ਹੋ ਬਿਲਕੁਲ ਜੀ ਇੱਕ ਹੋਰ ਗੱਲ ਆ ਜਿਹੜਾ ਭਾਅ ਪੈਟਰੋਲ ਦਾ ਹੈ ਉਹਦੇ ਉੱਤੇ ਟੈਕਸ ਤੇ ਬਾਕੀ ਖਰਚੇ ਪਾ ਕੇ ਦੁੱਗਣਾ ਹੁੰਦਾ 52 ਰੁਪਏ ਤੇ ਕੁਝ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਪੈਟਰੋਲ ਹੈ ਲੋਕਾਂ ਤੱਕ ਪਹੁੰਚ ਸਕਦਾ ਪਰ ਉਹਦੇ ਉੱਤੇ ਐਕਸਾਈਜ਼ ਡਿਊਟੀ ਡੀਲਰ ਦਾ ਕਮਿਸ਼ਨ ਹੋਰ ਕਈ ਤਰ੍ਹਾਂ ਦੇ ਵੈਟ ਲੱਲਾ ਭੱਵਾ ਵਿੱਚ ਜੋੜ ਕੇ ਤੇ ਉਹ ਦੁੱਗਣਾ ਹੋ ਜਾਂਦਾ ਤੇ ਬਹੁਤ ਬਹੁਤ ਮੁਬਾਰਕਾ 105 ਰੁਪਏ ਲੀਟਰ ਪੈਟਰੋਲ ਹੋ ਚੁੱਕਿਆ ਪਿਛਲੇ 15 ਦਿਨਾਂ ਦੇ ਵਿੱਚ 10 ਰੁਪਏ ਲੀਟਰ ਕੀਮਤ ਪੈਟਰੋਲ ਤੇ ਡੀਜ਼ਲ ਦੀ ਵਧ ਚੁੱਕੀ ਹੈ ਸੋ ਇਸ ਕਰਕੇ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿਹੜੇ ਇਹ ਗੱਲ ਕਹਿੰਦੇ ਆ ਮਹਿੰਗਾਈ ਤਾਂ ਹੁੰਦੀ ਹੀ ਹੈ ਹੂੰ ਥੋੜਾ ਸਾ ਜਿਆਦਾ ਕੰਮ ਕਰਨਾ ਪੜੇਗਾ ਮਜਬੂਤੀ ਕੇ ਲਈ RAMDEB ਵਰਗੇ ਬੰਦੇ ਕਹਿੰਦੇ ਕਿ ਮੈਂ ਸੰਿਆਸੀ ਹੋਣ ਦੇ ਬਾਵਜੂਦ 18 18 ਘੰਟੇ ਕੰਮ ਕਰਦਾ ਹੂੰ ਤੇ ਮੈਂ ਕਹਾ ਵੀ ਜੇਕਰ ਹਜ਼ਾਰਾਂ ਕਰੋੜ ਦੀ ਟਰਨਓਵਰ ਹੋਵੇ ਮੈਂ ਵੀ ਕਰ ਲੂੰਗੀ ਮੈਂ ਮੈਂ ਵੀ ਸੰਿਆਸੀ ਹਾਂ ਮੈਂ ਸੌਂਗੀ ਨਹੀਂ ਫਿਰ ਤਾਂ ਘਰ ਘਰ ਦੇ ਵਿੱਚ ਸੰਿਆਸੀ ਹੋਣ ਚਾਹੀਦੇ ਹਾਂ ਮੈਂ ਕੋਈ ਆਰਾਮ ਨਹੀਂ ਕਰੂੰਗੀ ਨੀਂਦ ਰੂਦ ਸਭ ਤਿਆਗ ਦਊਂਗੀ ਮੈਂ ਵੀ ਸੰਿਆਸੀ ਬਣ ਜਾਊਂਗੀ ਤੇ ਜੇ ਹਜ਼ਾਰਾਂ ਕਰੋੜ ਦੀ ਟਰਨਓਵਰ ਮਿਲਦੀ ਹੋਏ ਮੈਨੂੰ ਕੀ ਮਾੜਾ ਭਾਈ ਨਾ ਕਿਨੂੰ ਦਾਤੀ ਫੜਾਈ ਹੋਵੇ ਤੇ ਜੂਨ ਦਾ ਹੋਵੇ ਮਹੀਨਾ ਹਾਂ ਕਹੀ ਦਵੇ ਵੀ ਖਾਲੇ ਦੇ ਵਿੱਚੋਂ ਕਾ ਵੜਣਾ ਆ ਫੜ ਗਈ ਹਾਂ ਖਾੜਾ ਸਾਫ ਕਰਨਾ ਜੀ ਬਿਲਕੁਲ ਆਪ ਨੂੰ 10 ਕਿਲੋ ਨਾ ਬਾੜ ਇੱਥੇ ਆਉਣ ਮੈਂ ਕਹਾਂ ਜੀ ਆ ਸਾਰੀ ਪਾਂਤ ਤੁਸੀਂ ਲਾਉਣੀ ਹੈ ਕਣਕਾਲੀ ਬਿਲਕੁਲ ਸਹੀ ਹੈ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾ ਪ੍ਰਾਈਮੇਸ਼ੀਆ ਟੀਵੀ ਤੇ ਵੱਖਰੇ ਤੋਂ ਬਾਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚ ਚਾ ਦੇ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥੈਂਦ ਮੇਰੇ ਨਾਲ ਨਿਸਵਰਨ ਸਿੰਘ ਟੈਣਾ ਜੀ ਤੇ ਹੁਣ ਅੱਗੇ ਵਧੀਆ ਟਾਣਾ ਸਾਹਿਬ ਕੀ ਗੱਲ ਬਣ ਗਈ ਤੁਸੀਂ ਐਵੇਂ ਐ ਕਰੀ ਜਾਦੇ ਹੋ ਉਹਦੇ ਵੈਸੇ ਹੱਥ ਦੁਖਦਾ ਜਾ ਮੜਾ ਜੀ ਕੀ ਗੱਲ ਹੋ ਗਈ ਵੈਸੇ ਹੀ ਹੋ ਗਿਆ ਹੈ ਕੀ ਭਾਰਾ ਚੁੱਕ ਲਿਆ ਸੀ ਟਾਣਾ ਸਾਹਿਬ ਭਾਰਾ ਨੂੰ ਮੈਂ ਇੱਥੇ ਪਹਿਲਵਾਨ ਹਾਂ ਨਾ ਡੰਬਲ ਚੱਕਣੇ ਤਾਂ ਨੂੰ ਮੈਂ ਤਾਂ ਪੁੱਛ ਰਹੀ ਹਾਂ ਐ ਵੀ ਕੋਈ ਨਾ ਕੋਈ ਕਾਰਨ ਤਾਂ ਹੋਗਾ ਵੀ ਹੱਥ ਦੁਖਣਾ ਵੈਸੇ ਹੀ ਲੱਗ ਪਿਆ ਮੜਾ ਜੀ ਦੁਖਣਾ ਪਰ ਅਗਲੀ ਗੱਲ ਇਹ ਆ ਬਈ ਰਵਨੀਤ ਸਿੰਘ ਮਿੱਟੂ ਨੇ ਹੂੰ ਸਫਾਈ ਦਿੱਤੀ ਆ ਕਾਦੀ ਸਫਾਈ ਉਹ ਕਹਿੰਦੇ ਵੀ ਜਿਹੜਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਨਾ ਹੂੰ ਅੱਡੀ ਗੱਲ ਨਹੀਂ ਸੀ ਜਿੱਡੀ ਤੋਂ ਬਣਾ ਕੇ ਬਹਿ ਗਿਆ ਮਤਲਬ ਕੀ ਹੈ ਉਹਾਂ ਦੇ ਵਿੱਚ ਜੈਲੀ ਦੇ ਗਾਣੇ ਸੁਣਿਆ ਕਰੋ ਅੱਛਾ ਇਹਦਾ ਵੀ ਕਿਹਾ ਉਹਨਾਂ ਨੇ ਮੇਰੇ ਮਨ ਦੀ ਗੱਲ ਆਥ ਜੋੜ ਕੇ ਬਣਾਉਂਦੇ ਵੇ ਤੁਰਸਿਆ ਤਾਂ ਹੁੰਦਾ ਹਾਂ ਠੀਕ ਹੈ ਉਹ ਫਿਰ ਜੈਲੀ ਦਾ ਗਾਣਾ ਕਦੋਂ ਚਿੱਤੇ ਆ ਗਿਆ ਕਿਹੜਾ ਜੀ ਉਹ ਹੈਗਾ ਨਾ ਈਦੂ ਸ਼ਰੀਫ ਸਾਹਿਬ ਦੇ ਨਾਲ ਗਾਇਆ ਸੀ ਹਾਂ ਪਹਿਲਾ ਵਰਗਾ ਵੀ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਤੇਰਾ ਧੜ ਟੋਲਾ ਗੱਲ ਗੱਲ ਤੇ ਛਿੜਕਾ ਮਾਰਦਾ ਹੈ ਛਿੜਕਾ ਮਾਰ ਕੇ ਦੇਵੀ ਨਾ ਮਾਰ ਢੋਲਾ ਵਾ 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 ਕੀ ਬਾਤ ਹੈ ਈਦੂ ਸ਼ਰੀਫ ਸਾਹਿਬ ਹੈ ਨਹੀਂ ਪਰ ਗਾਣੇ ਚਿੱਤੇ ਆ ਹਾਉ ਨਦੀ ਗਾਇਕੀ ਸਦਾ ਹੀ ਜਿਉਂਦੀ ਰਹੇਗੀ ਸਦਾ ਬੰਡਾ ਇੱਕ ਹੋਰ ਸੁਖੀ ਖਾਨ ਮੇਰੇ ਗੋਰੀਆਂ ਬਾਹਾਂ ਦੇ ਕੰਗਣਾ ਤੇ ਪੰਜਾਂ ਦੇ ਤਵੀਤ ਬਦਲੇ ਕਾ ਤੋ ਛੜਤਾ ਗਲੀ ਦੇ ਵਿੱਚੋਂ ਲੱਗਣਾ ਵਾ ਵਾ ਕਿਆ ਬਾਤ ਹੈ ਗਾਣੇ ਚੇਤੇ ਰਹਿੰਦੇ ਮੈਨੂੰ ਵਾਕਈ ਜਮਾਨੇ ਚੰਗੇ ਗਾਏ ਨੇ ਜਿਨ੍ਹਾਂ ਨੇ ਸੁਰਚ ਗਾਏ ਨੇ ਜਿਨ੍ਹਾਂ ਦੇ ਅੰਦਰ ਕਲਾ ਉਹਨਾਂ ਦੇ ਗਾਣੇ ਹਮੇਸ਼ਾ ਹੀ ਚੇਤੇ ਰਹਿੰਦੇ ਨੇ ਬਿਲਕੁਲ ਜੀ ਪਰ ਆਪਾਂ ਗੱਲ ਹੋਰ ਕਰ ਰਹੇ ਸੀ ਸਫਾਈ ਉਹ ਮੈਂ ਇੱਕ ਹੋਰ ਪਾਸੇ ਤੁਰ ਪਿਆ ਹਾਂ ਉਹ ਇਹ ਆ ਆਪਾਂ ਐਵੇਂ ਹੀ ਪਤੜੀ ਗੋਲ ਕੇ ਦਸਵੇਂ ਪੜਦਾ ਹਨਾ ਉਧਰ ਵਾਲੇ ਪਾਸੇ ਹੋ ਗਏ ਸੀ ਬਿਲਕੁਲ ਇਹ ਗੱਲ ਇਹ ਆ ਵੀ ਰਵਨੀਤ ਸਿੰਘ ਬਿੱਟੂ ਮਿਲ ਕੇ ਆਏ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਬਾਦ ਵਿੱਚ ਰੌਲਾ ਪੈ ਗਿਆ ਵੀ ਕਿਤੇ ਭਗਵੇਂ ਦੇ ਰੰਗ ਵਿੱਚ ਰੰਗੇ ਨਾ ਜਾਣ ਜਨਾਬ ਉਹਨਾਂ ਨੇ ਸਫਾਈ ਦਿੱਤੀ ਆ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਮਸਲੇ ਓਨੀ ਦੇਰ ਤੱਕ ਹੱਲ ਹੀ ਨਹੀਂ ਹੋਣੇ ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ ਨਾਲ ਸਾਂਝ ਨਾ ਹੋਵੇ ਕਰਜ਼ਾ ਪੰਜਾਬ ਦੇ ਸਿਰ BBMB ਦਾ ਮਾਮਲਾ ਚੰਡੀਗੜ੍ਹ ਦਾ ਮਾਮਲਾ S Y L ਦਾ ਮਾਮਲਾ ਸਰਹੱਦੀ ਸੂਬਾ ਪੰਜਾਬ ਸੁਰੱਖਿਆ ਦਾ ਮਾਮਲਾ ਬੜੇ ਮਸਲੇ ਆ ਮੈਂ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਕਰਕੇ ਆਇਆ ਉਹ ਕਹਿੰਦੇ ਵੀ ਬੇਫਿਕਰ ਰਹੋ ਤੁਹਾਡੇ ਨਾਲ ਹਮੇਸ਼ਾ ਤਰੱਕੀ ਵਾਸਤੇ ਕੰਮ ਕਰਾਂਗੇ ਰਲ ਮਿਲ ਕੇ ਹਮਲਾ ਮਾਰਾਂਗੇ ਮੁੱਦੇ ਵਾਜਬ ਨੇ ਟਾਣਾ ਸਾਹਿਬ ਜ਼ਰੂਰ ਇਹ ਚੁੱਕੇ ਜਾਣੇ ਚਾਹੀਦੇ ਨੇ ਪਰ ਉਹਨਾਂ ਦੇ ਵਿਰੋਧੀ ਇਹ ਗੱਲ ਕਹਿੰਦੇ ਨੇ ਵੀ ਹੋਣੀ ਕਿ ਉਹ ਚੇਤਾ ਆਇਆ ਬਿੱਟੂ ਸਾਹਿਬ ਨੂੰ ਇਹ ਕੀ ਚੱਕਰ ਬਣ ਗਿਆ ਇਹ ਕੀ ਗੱਲ ਬਣ ਗਈ ਕਿ ਬਿੱਟੂ ਸਾਹਿਬ ਨੂੰ ਹੁਣ ਜਾ ਕੇ ਸਾਰੀਆਂ ਗੱਲਾਂ ਚੇਤੇ ਆ ਰਹੀਆਂ ਨੇ ਇੱਕ ਕਹਿੰਦੇ ਉਹਨੇ ਹੋਰ ਕਹੀ ਆ ਉਹ ਕਹਿੰਦੇ ਵੀ ਐਵੇਂ ਨਾ ਪੜੋਲ ਬਣਾਈ ਜਾਇਆ ਕਰੋ ਮੈਂ ਪ੍ਰਧਾਨ ਦੀ ਦੌੜ ਦੇ ਵਿੱਚ ਹੈ ਨਹੀਂਗਾ ਅੱਛਾ ਜੀ ਪ੍ਰਧਾਨ ਬਣੇ ਚੰਗਾ ਉਹ ਹੋਵੇ ਇਮਾਨਦਾਰ ਉਹ ਹੋਵੇ ਹੰਢਣਸਾਰ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਚੱਲਣ ਵਾਲਾ ਉਹ ਹੋਵੇ ਸਭ ਨੂੰ ਨਾਲ ਲੈ ਕੇ ਤੁਰਨ ਵਾਲਾ ਕਿਉਂ ਨਹੀਂ ਦੂਜੇ ਘਟ ਕਰੇ ਮੈਂ ਛੜਣਾ ਕਿੰਨੂੰ ਵੀ ਬਈ ਉਹ ਕਹਿੰਦੇ ਸਾਰੇ ਜਿਹੜੇ ਬੰਦੇ ਆ ਬਾਹ ਦੁਖਦੀ ਐ ਸ਼ਰਮੇ ਵਾਲੇ ਹੋਣ ਠੀਕ ਆ ਇਦਾਂ ਦੀ ਗੱਲ ਬਿਲਕੁਲ ਨਾ ਹੋਵੇ ਵੀ ਜਿੱਦਾਂ ਨਹੀਂ ਹੁੰਦੀ ਰਹੀ ਆ ਉਹ ਕਹਿੰਦੇ ਵੀ ਆਪਾਂ ਹੁਣ ਗਧਿਆਂ ਕੋਲੋਂ ਸ਼ੇਰ ਨਹੀਂ ਮਰਵਾਉਣੇ ਹਾਂ ਜੀ ਉਹਨਾਂ ਨੇ ਪਹਿਲਾਂ ਵੀ ਗੱਲ ਕਹੀ ਸੀ ਨਾ ਵੀ ਦੇਖੋ ਗਿੱਦੜਾਂ ਦੇ ਝੁੰਡ ਸ਼ੇਰਾਂ ਨੂੰ ਮਾਰਦੇ ਆ ਪਰ ਪੰਜਾਬ ਦੇ ਵਿੱਚ ਗਧਿਆਂ ਨੇ ਸ਼ੇਰ ਮਾਰਤੇ ਅੱਛਾ ਜੀ ਹਾਂ ਉਹ ਗੱਲ ਕਹਿੰਦੇ ਰਹੇ ਆ ਦੇਖੋ ਅੱਜ ਕੱਲ੍ਹ ਉਸ ਸਮੇਂ-ਸਮੇਂ ਤੇ ਬਹੁਤ ਸਾਰੇ ਬਿਆਨ ਦਿੰਦੇ ਪਏ ਨੇ ਅੱਜ ਕੱਲ੍ਹ ਉਸ ਸਮੇਂ-ਸਮੇਂ ਤੇ ਬਹੁਤ ਸਾਰੀਆਂ ਗੱਲਾਂ ਕਹਿੰਦੇ ਪਏ ਨੇ ਔਰ ਇਨ੍ਹਾਂ ਗੱਲਾਂ ਦੇ ਕਈ ਸਾਰੇ ਮਤਲਬ ਕੱਢੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਵੀ ਤੇ ਵਿਰੋਧੀਆਂ ਦੇ ਵੱਲੋਂ ਵੀ ਬਾਕੀ ਸਮੇਂ ਨੇ ਸਭ ਕੁਝ ਬਿਆਨ ਕਰ ਦੇਣਾ ਵਿਕੀ ਵੈਸੇ ਵੀ ਨਾ ਹਰਬੰਸ ਜੀ ਕਮਾਲ ਦੀ ਗੱਲ ਇਹ ਆ ਵੀ ਕਾਂਗਰਸ ਦਾ ਕੀ ਬਣੂਗਾ ਮੈਂ ਤਾਂ ਕਦੇ-ਕਦੇ ਸੋਚਦਾ ਲੱਭਦਾ ਹੀ ਕੁਛ ਨਹੀਂ ਸੋਨੀਆ ਗਾਂਧੀ ਜੀ ਕਹਿੰਦੇ ਆ ਵੀ ਦੇਸ਼ ਦੀ ਮਜ਼ਬੂਤੀ ਦੇ ਲਈ ਕਾਂਗਰਸ ਦੀ ਮਜ਼ਬੂਤੀ ਹੋਣੀ ਬਹੁਤ ਜ਼ਰੂਰੀ ਹੈ ਮਜ਼ਬੂਤੀ ਨਹੀਂ ਕਾਂਗਰਸ ਦਾ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਇਹ ਗੱਲ ਸੋਚੋ ਆਪਾਂ ਹੋਣ ਦੇ ਲਈ ਲੜਾਈ ਲੜ ਗਏ ਹਾਂ ਫਿਰ ਮਜ਼ਬੂਤੀ ਆਸਤੇ ਲੈਣਾ ਕਿ ਦੋ ਪੜਾ ਵੱਖੋ ਵੱਖਰੇ ਆ ਜੀ ਬਿਲਕੁਲ ਆਪਾਂ ਨੂੰ ਦੋਵਾਂ ਨੂੰ ਵੱਖੋ ਵੱਖਰੇ ਸੋਚਣਾ ਪਊਗਾ ਪਹਿਲਾਂ ਤਾਂ ਆਪਾਂ ਹੁੰਦੇ ਰਹੇ ਹੈਗੇ ਆ ਇਹ ਸਾਬਤ ਕਰ ਗਏ ਕਿਉਂਕਿ ਹੈਗੇ ਆ ਨਹੀਂ ਜੇਕਰ 403 ਸੀਟਾਂ ਚੋਂ ਯੂਪੀ ਚ ਸਾਨੂੰ 2 ਮਿਲਦੀਆਂ ਤਾਂ ਅਸੀਂ ਹੈਗੇ ਆ ਇਹ ਨਾ ਗੱਲ ਕਿਹਾ ਕਰੀ ਅਸੀਂ ਹੁੰਦੇ ਸੀ ਕਿਆ ਕਰਗੇ ਜੀ ਬਿਲਕੁਲ ਤੇ ਆਪਾਂ ਸੋਚ ਗਏ ਵੀ ਆਖਰਕਾਰ ਦਿਨ ਰਾਤ ਅਸੀਂ ਇੱਕ ਕਿਹੜੇ ਵਾਲੇ ਪਾਸੇ ਕਰੀ ਗਏ ਆ ਹਨਾ ਮਿਹਨਤ ਕਿਹੜੇ ਵਾਲੇ ਪਾਸੇ ਕਰੀ ਗਏ ਆ ਵੀ ਅੱਜ ਆਪ ਹੀ ਆਪਣੇ ਹੱਥੀ ਸਾਰਾ ਕੁਝ ਹੀ ਬਰਬਾਦ ਕਰ ਲਿਆ ਪਰਨ ਇੱਕ ਪੰਜਾਬੀ ਦੇ ਵਿੱਚ ਕਹਾਵਤ ਆ ਕਿ 12 ਜਣੇ ਤੇ 16 ਚੁੱਲੇ ਹੂੰ ਵੀ 12 ਜਣੇ ਆ ਤੇ ਬਣਦੀ ਹੀ ਉਹ ਨਹੀਂ ਵੀ ਇੱਥੋਂ ਚੱਕ ਕੇ ਚੁੱਲਾ ਇੱਥੇ ਲੈ ਕੇ ਇਧਰ ਆਵਦਾ ਬਣਾ ਲਿਆ ਇਧਰ ਆਵਦਾ ਬਣਾ ਲਿਆ ਤੇ ਕਾਂਗਰਸ ਚ 18 ਹਾਂਜੀ 12 ਜਣੇ 11 ਜਣੇ ਜਿੱਤੇ ਆ ਉਹਨਾਂ ਚੋਂ 5 6 ਜਣੇ ਪ੍ਰਧਾਨ ਬਣਨਾ ਚਾਹੁੰਦੇ ਆ ਤੇ 5 6 ਜਣੇ ਦੌੜ ਦੇ ਵਿੱਚ ਹੈਗੇ ਜਿ ਕਿ ਵਿਰੋਧੀ ਧਰਨਾ ਨੇਤਾ ਬਣ ਗਏ ਪਹਿਲਾਂ ਤਾਂ ਇੱਕ ਸੁਰ ਹੋ ਕੇ ਚੱਲਣਾ ਪਊਗਾ ਤੱਕੇ ਕੋਠੇ ਨੂੰ ਜੇਕਰ ਲਿਪੀਏ ਨਾ ਆਖਰ ਟੈਂਡਾ ਟੈਂਡਾ ਟਹਿ ਜਾਂਦਾ ਜਿਹੜੇ ਘਰ ਵਿੱਚ ਹੋਵੇ ਇਤਫਾਕ ਨਹੀਂ ਤੇ ਪੱਠਾ ਬੈਂਦੇ ਬੈਂਦੇ ਵਹਿ ਜਾਂਦਾ ਚੁਗਲ ਖੋਰ ਨਾ ਚੁਗਲੀਆਂ ਬਾਅਦ ਆਉਂਦਾ ਤੇ ਗੱਲ ਕਹਿੰਦੇ ਕਹਿੰਦੇ ਕਹਿ ਜਾਂਦਾ ਬਹੁਤ ਕੁਝ ਆ ਜਿਹੜਾ ਕਿ ਸੋਚਣਾ ਵਿਚਾਰਨਾ ਤਾਂ ਸੰਭਾਲਣਾ ਬਣਦਾ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚੰਚਦਾ ਮੀਚਾ ਹਰਮਨ ਜੀ ਲੋਕਾਂ ਦੇ ਰਿਵਾਜ ਵੱਖੋ ਵੱਖਰੇ ਹਾਂਜੀ ਲੋਕਾਂ ਦੀਆਂ ਮੰਨਤਾਵਾਂ ਵੱਖੋ ਵੱਖਰੀਆਂ ਹਰ ਥਾਂ ਦੇ ਆਪੋ ਆਪਣੇ ਰਿਵਾਜ ਨੇ ਮੈਂ ਇੱਕ ਦਿਨ ਕਿਸੇ ਪਿੰਡ ਦੇ ਵਿੱਚ ਗਿਆ ਮੋਟਰਸਾਈਕਲ ਮੇਰੇ ਕੋਲ ਮੌਸਮ ਚੰਗਾ ਜਾ ਥੋੜੀ ਥੋੜੀ ਹਵਾ ਵਗੇ ਬੜਾ ਸਵਾਰ ਜਾ ਹੋਵੇ ਜਾਂਦਿਆਂ ਨੂੰ ਤੁਹਾਡੇ ਕੋਲ ਮੋਟਰਸਾਈਕਲ ਹੀ ਹੈ ਟਾਣਾ ਸਾਹਿਬ ਕੱਲ ਤੱਕ ਸੁਣੋ ਮੇਰੀ ਹਾਂਜੀ ਲਿਆਂਦਾ ਉੱਥੇ ਮੈਨੂੰ ਮੈਂ ਕਿਹਾ ਬੜਾ ਮੈਂ ਸੋਚ ਲਗਾ ਸੀ ਮੈਂ ਅੱਖਾਂ ਬੰਦ ਕਰਕੇ ਥੋੜਾ ਜਿਹਾ ਅਹਿਸਾਸ ਜਾ ਪੜਦਾ ਜਾਂਤੀ ਹੂੰ ਮੈਂ ਵਾਲਾ ਤਾਂ ਜਲਦੀ ਹੈ ਕਿਆ ਹਾਂ ਮੈਂ ਪੂਰਾ ਮੈਂ ਪੂਰਾ ਜਾਂਦਾ ਹਾਂ ਸ਼ਾਹਰੁਖ ਖਾਨ ਬਣਿਆ ਹਾਂ ਮੈਂ ਤਾਂ ਹੀ ਦੱਸਦਾ ਵੀ ਥੜਾ ਕੋ ਮੋਟਰਸਾਈਕਲ ਹੀ ਹੈ ਹਾਂ ਪਰ ਅਗਲੀ ਗੱਲ ਸੁਣੋ ਵੀ ਇਹ ਆਪੇ ਮੈਂ ਜਾਵਾਂ ਤੇ ਰਾਹ ਦੇ ਵਿੱਚ ਇੱਕ ਜੰਡ ਜੰਡ ਦਾ ਦਰਖਤ ਵਾਹ ਉਹਨੂੰ ਪੂਜ-ਪੂਜ ਕੇ ਮੁਕਾਇਆ ਪਿਆ। ਓਹੋ ਜੰਡ ਦੇ ਦੁਵਾਲੇ ਇੰਨੇ ਧਾਗੇ ਬੰਨੇ ਇੰਨੇ ਧਾਗੇ ਬੰਨੇ ਐਉਂ ਲੱਗੇ ਵੀ ਭਾਈ ਸਰਗਤ ਤੜਾਕੀ ਇੱਥੇ ਬਨ ਗਏ ਲੋ ਜੀ ਬਿਲਕੁਲ ਸਹੀ ਹੈ। ਉਹਨਾਂ ਜੜਾਂ 'ਚ ਤੇਲ ਪਾ ਪਾ ਕੇ ਪਾ ਪਾ ਕੇ ਪਾ ਪਾ ਕੇ ਅੱਧਾ ਕਸਾਇਆ ਪਿਆ। ਉਹ ਬਚਾਰਾ ਐਂਜ ਹੋਇਆ ਪਿਆ। ਹਮ ਮੈਂ ਕਿਹਾ ਜੀ ਬਾਕੀ ਦਾ ਵੀ ਪੱਠਾ ਬਿਠਾ ਕੇ ਰਹਿਣਗੇ। ਕਿਉਂਕਿ ਪੂਜ-ਪੂਜ ਕੇ ਮਾਨਤਾਵਾਂ ਦੀ ਗੱਲ ਕਰ ਕਰ ਕੇ ਹੀ ਅਸੀਂ ਮੁਕਾਤੇ। ਕਦੇ ਕਿਸ ਨੇ ਜੰਡ ਲਾਇਆ ਵੀ ਆ? ਆਪਾਂ ਪੂਜਣ ਦੀ ਗੱਲ ਕਰਦੇ ਹਾਂ ਬਹੁਤ ਵਧੀਆ ਚਲੋ ਦਰਖਤਾਂ ਨੂੰ ਪੂਜੋ ਸਾਨੂੰ ਕੋਈ ਤਰਾਜ਼ ਨਹੀਂ ਪਰ ਲਾ ਲਾ ਕੇ ਪੂਜੋ ਨਾ ਹਾਂ ਜਿਹੜਾ ਹੈਗਾ ਮੁਕਾ ਮੁਕਾ ਕੇ ਕਿਉਂ ਪੂਜਦੇ ਮੇਰੀ ਗੱਲ ਹੈ ਰੁੱਖ ਨੂੰ ਪਾਣੀ ਦੇ ਕੇ ਪੂਜੋ ਉਹਦੀਆਂ ਜੜਾਂ 'ਚ ਤੇਲ ਪਾਉਣਾ ਤਾਂ ਕਿਤੇ ਵੀ ਜਿਹੜਾ ਹੁੰਦਾ ਸੀ ਇੱਕ ਵੀ ਦਰਖਤਾਂ ਨੇ ਪ੍ਰਤੀ ਸਤਕਾਰ ਦੀ ਭਾਵਨਾ ਬੰਦੇ ਦਾ ਨਾਮ ਹੁੰਦਾ ਸੀ ਜੰਡ ਸਿੰਘ ਕਿਕਰ ਸਿੰਘ ਕਿਕਰ ਸਿੰਘ ਬੋਰ ਸਿੰਘ ਪਿੱਪਲ ਸਿੰਘ ਸੋ ਇਹਦੇ ਵਿੱਚੋਂ ਝਲਕਦਾ ਸੀ ਵੀ ਬੰਦੇ ਕੁਦਰਤ ਪ੍ਰੇਮੀ ਹਾਂ ਦਰਖਤ ਪ੍ਰੇਮੀ ਪੌਦਾ ਪ੍ਰੇਮੀ ਕਿੰਨੇ ਆ ਤੇ ਅੱਜ ਕੱਲ ਸਾਰਾ ਕੁਝ ਖਤਮ ਹੋ ਗਿਆ ਅੱਜ ਕੱਲ ਪਹਿਲਾਂ ਵੱਡੇ ਦਰਖਤ ਹੂੰ ਫਿਰ ਕਹਿੰਦੇ ਲੈ ਵਾਤਾਵਰਨ ਦੇ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਹੋਏ ਆ ਤਾਪਮਾਨ ਬਹੁਤ ਵਧੀ ਜਾਂਦਾ ਹੈ ਤਾਪਮਾਨ ਵਧੀ ਜਾਊਗਾ ਹਾਂ ਕੱਲਾ ਕੱਲਾ ਏਸੀ ਬੜੀ ਇਸ ਵੇਲੇ ਨਾ ਉਹ ਪੈਦਾ ਕਰਦਾ ਤਪਸ਼ ਹੂੰ ਇਹ ਦਰਖਤ ਵੱਢਦੇ ਸਾਰੇ ਜੀ ਤੇ ਤਾਪਮਾਨ ਠੀਕ ਹੋ ਜਾਣਾ ਪੜਾ ਬਿਲਕੁਲ ਸਹੀ ਹੈ ਤੁਸੀਂ ਇਹ ਵੇਖੋ ਟਾਣਾ ਸਾਥ ਚਲੋ ਇਹ ਸਵਾਲ ਨੂੰ ਮਾ ਗੱਲ ਹੁਣੇ ਆਪਾਂ ਆਪਣੇ ਪਰਿਵਾਰਕ ਜੀਆ ਨਾਲ ਕਰ ਲੈਨੇ ਆ ਕਿ ਜਿਹੜੇ ਵੀ ਸਾਡੇ ਪਰਿਵਾਰਕ ਜੀ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਸਾਨੂੰ ਜ਼ਰੂਰ ਦੱਸਣ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਕੀ ਅੱਜ ਵੀ ਬੋਰਡ ਕਿੱਕਰ ਝੰਡ ਇਹ ਦਰਖਤ ਹੈਗੇ ਨੇ ਜਿਹੜੀਆਂ ਸੱਥਾਂ ਦੀ ਪਛਾਣ ਹੁੰਦੇ ਸੀ ਪਿੱਪਲ ਦੇ ਵੱਡੇ ਵੱਡੇ ਰੁੱਖ ਹਨਾ ਫਿਰ ਬੋਰਡ ਹਰ ਪਿੰਡ ਦੇ ਵਿੱਚ ਪਾਇਆ ਜਾਂਦਾ ਸੀ ਕਿ ਅੱਜ ਵੀ ਪਿੰਡਾਂ ਥਾਵਾਂ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਇਹ ਰੁੱਖ ਅਜੇ ਵੀ ਹੈਗੇ ਨੇ ਕਿ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਬਿਲਕੁਲ ਤੇ ਅਗਲੀ ਗੱਲ ਇਹ ਵੀ ਮਾਨਤਾਵਾਂ ਦੀ ਗੱਲ ਕਰਦੇ ਸੀ ਆ ਰਾਜਸਥਾਨ ਦੇ ਵਿੱਚ ਭੀਲਵਾੜਾ ਖੇਤਰ ਹਾਂਜੀ ਉੱਥੇ ਪਤਾ ਲੱਗਾ ਜੀ ਕਿ ਇੱਕ ਨਾ ਬਣੀ ਹੋਈ ਧਾਰਮਿਕ ਥਾਂ ਹੂੰ ਉੱਥੇ ਜਿਹੜੇ ਜੇਲ੍ਹਾਂ ਦੇ ਵਿੱਚੋਂ ਕੈਦੀ ਭੱਜ ਜਾਂਦੇ ਆ ਹੂੰ ਜਾਂ ਜਿਹੜੇ ਥਾਣਿਆਂ ਦੇ ਵਿੱਚੋਂ ਭੱਜ ਜਾਂਦੇ ਆ ਉਹ ਆਪਦੀ ਹੱਥਕੜੀ ਲੈ ਕੇ ਚੜਾਉਂਦੇ ਆ ਹਾਂਜੀ ਹਾਂਜੀ ਭੱਜਣ ਤੋਂ ਬਾਅਦ ਉਹ ਲੈ ਆ ਕੇ ਉੱਥੇ ਜਿਹੜੀ ਸੁਖ ਸੁਖੀ ਹੁੰਦੀ ਆ ਉਹ ਲੈ ਆ ਕੇ ਹੱਥਕੜੀ ਚੜਾਉਂਦੇ ਆ ਕੀ ਸੁਖ ਸੁਖੀ ਹੁੰਦੀ ਵੀ ਮੈਂ ਭੱਜਣ ਜੇ कामयाब ਹੋਵਾਂ ਤਾਂ ਮੈਂ ਹੱਥਕੜੀ ਇੱਥੇ ਕਿ ਚੜਾਉਗਾ ਹਾਂ ਬਿਲਕੁਲ ਜੀ ਉਹ ਜਿਹਨੂੰ ਵੀ ਮੰंदे ਆ ਵੀ ਉਹਦੀ ਕਿਰਪਾ ਦੇ ਨਾਲ ਮੈਂ ਭੱਜਿਆ ਅੱਛਾ ਤੇ ਮੈਂ ਜੇਲ੍ਹ ਦੇ ਵਿੱਚੋਂ ਥਾਣੇ ਦੇ ਵਿੱਚੋਂ ਫਰਰ ਹੋ ਗਿਆ ਹਾਂ ਤੇ ਆਹ ਲਓ ਜੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੱਥਕੜੀ अच्छा हां ਜਿਵੇਂ ਆਪ ਲੱਡੂ ਚੜਾਉਂਦੇ ਆ ਓਵੇਂ ਹਤਕੜੀ ਚੜਾਉਂਦੇ ਆ ਤੇ ਉੱਥੇ ਇੱਕ ਕਮਾਲ ਦੀ ਗੱਲ ਹੋ ਗਈ ਰਾਤ ਨੂੰ ਕੋਈ ਜੰਗਲੇ ਹੀ ਚੜਾ ਗਿਆ ਕਿਉਂ ਜਿਵੇਂ ਕੋਈ ਜੇਲ੍ਹ ਦੇ ਵਿੱਚ ਨਹੀਂ ਹੁੰਦਾ ਵੀ ਉਹ ਜੰਗਲੇ ਹੁੰਦੇ ਆ ਗਰੇਲਾਂ ਲੱਗੀਆਂ ਹਾਂਜੀ ਤੇ ਉਹ ਥਾਣੇ ਦੇ ਵਿੱਚ ਵੀ ਹੁੰਦੇ ਆ ਉਹ ਰਾਤ ਨੂੰ ਕੋਈ ਜੰਗਲੇ ਹੀ ਚੜਾ ਗਿਆ ਅੱਛਾ ਹੁਣ ਮੰਨਿਆ ਹੀ ਜਾ ਰਿਹਾ ਵੀ ਕੋਈ ਜੰਗਲਾ ਪਟ ਕੇ ਆ ਗਿਆ ਜੇਲ੍ਹ ਦੇ ਵਿੱਚੋਂ ਨਾਲੇ ਨਾਲ ਹੀ ਲਿਆਇਆ ਕਰ ਮੈਂ ਇਹੀ ਚੜਾਉ ਹੁਣ ਨਹੀਂ ਨਹੀਂ ਪਰ ਜਿਹੜਾ ਜੰਗਲਾ ਪੱਟ ਕੇ ਲਿਆਇਆ ਨਾਲ ਹੀ ਲੈ ਕੇ ਆਇਆ ਉਹਨੂੰ ਕਿਸੇ ਨੇ ਨਿਕਲਦੇ ਨੂੰ ਵੇਖਿਆ ਮੈਨੂੰ ਕੀ ਪਤਾ ਮੈਂ ਤਾਂ ਖਬਰ ਬਾਰੇ ਜਾਣ ਕੇ ਖੁਦ ਹੈਰਾਨ ਰਹਿ ਗਿਆ ਹਾਦ ਹੀ ਹੋ ਗਈ ਫਿਰ ਤਾਂ ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਉਸ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਨੂੰ ਦੇਣੀ ਚਾਹੀਦੀ ਆ ਵੀ ਜਿਹੜੇ ਇੰਨੇ ਘੂਕ ਸੌਂਦੇ ਆ ਜੰਗਲਾ ਹੀ ਪੱਟ ਕੇ ਲੈ ਗਿਆ ਕਿਸੇ ਤੁਹਾਨੂੰ ਚੱਕੇ ਨਹੀਂ ਲੈ ਗਿਆ ਉਹ ਵੀ ਚਲੋ ਮੈਂ ਇਹੀ ਚੜਾਉਣਾ ਅੱਜ ਕੁੱਤੇ ਪੈ ਚੜਾ ਗਿਆ ਕੋਈ ਹੋ ਸਕਦਾ ਕੁਝ ਵੀ ਹੋ ਸਕਦਾ ਪਰ ਹੈਰਾਨ ਆ ਮੈਂ ਵੀ ਜੰਗਲਾ ਪਟਕੇ ਬੰਦਾ ਬਾਹਰ ਭੱਜਿਆ ਆ ਤੇ ਤਾਂ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਕੀ ਵਾਪਰਿਆ ਉੱਥੇ ਮੈਂ ਕਹੋਏ ਮੈਂ ਉੱਥੇ ਨਾ ਦਰਖਤ ਆ ਉੱਥੇ ਜਿਵੇਂ ਕਿ ਜੰਡ ਹੁੰਦੇ ਆ ਦਰਖਤ ਆ ਉੱਥੇ ਤੇ ਉਹਦੇ ਤੇ ਹੱਤਕੜੀਆਂ ਹੱਤਕੜੀਆਂ ਲੰਮਕੀ ਜਾਂਦੀਆਂ ਅੱਛਾ ਜੀ ਮੈਂ ਕਹਾਂ ਜੇ ਗਿਣ ਕੇ ਦੇਖੀਏ ਤੇ ਪਤਾ ਨਹੀਂ ਕਿੰਨੇ ਕੁ ਗਿਣਤੀ ਬਣ ਜਾਣੀ ਆ ਬਿਲਕੁਲ ਸਹੀ ਆ ਵੀ ਇੰਨੇ ਜਣੇ ਜੇਲ੍ਹਾਂ ਦੇ ਵਿੱਚੋਂ ਭੱਜ ਚੁੱਕੇ ਨੇ ਥਾਣਿਆਂ ਦੇ ਵਿੱਚੋਂ ਭੱਜ ਚੁੱਕੇ ਨੇ ਤੇ ਹਾਲੇ ਕਹਿੰਦੇ ਆ ਵੀ ਪੁਲਿਸ ਮੁਸਤੈਦੀ ਦੇ ਨਾਲ ਕੰਮ ਕਰਦੀ ਹੈ। ਉਹ ਕਰਦੀ ਆ, ਕਈ ਵਾਰੀ ਨੀਂਦ ਨੂੰ ਦ ਆ ਜਾਂਦੀ ਹੈ। ਨਹੀਂ ਚਲੋ ਸਾਰੇ ਇੱਕੋ ਜਿਹੇ ਨਹੀਂ ਟਾਣਾ ਸਾਹਿਬ ਬਹੁਤ ਸਾਰੇ ਚੰਗੇ ਇਮਾਨਦਾਰ ਅਫਸਰ ਵੀ ਨੇ ਜਿਹੜੇ ਤਾਂ ਦੇ ਹੀ ਦੇ ਨਾਲ ਆਪਣੀ ਡਿਊਟੀ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਂਦੇ ਨੇ ਪਰ ਕੁਝ ਕਿਤਾ ਸੱਚੀ ਘੋੜੇ ਤਵੇਲੇ ਸਭ ਕੁਝ ਵੇਚ ਕੇ ਸੌ ਜਾਂਦੇ ਨੇ। ਬਿਲਕੁਲ ਸਹੀ ਗੱਲ। ਆ ਵੀ ਹਾਜ਼ਰ ਹੈ। ਜਾਂਚ ਦਾ ਵੀ ਚਾਹ। ਪੱਛਮੀ ਬਗਾਲ ਦੇ ਵਿੱਚ ਹਰਮਨਜੀ ਕੋਲਕਾਤਾ। ਜੀ। ਖਬਰ ਆਈ ਹੈ ਬੜੀ ਕਮਾਲ ਦੀ। ਜੀ। ਜ਼ਿੰਦਗੀ ਦੇ ਰੌਣਕ ਮੇਲੇ ਆ। ਬੰਦੇ ਦਾ ਪਲਦਾ ਪਰਵਾਸਾ ਨਹੀਂ ਕੀ ਮਨਿਆਦਾ ਤੇਰੀਆਂ ਪਾਣੀ ਦਾ ਬੁਲਬੁਲਾ ਆ ਕੋਈ ਪਤਾ ਨਹੀਂ ਫਟਕ ਦੇਣੇ ਕਦੋਂ ਹੋ ਜੇ ਜੀ ਕੋਈ ਨਹੀਂ ਪਤਾ ਵੀ ਫੁੱਸ ਪਟਾਕਾ ਕਦੋਂ ਬਣ ਜੇ ਬੰਦਾ ਪਤਾ ਹੀ ਕੋਈ ਨਹੀਂ ਜੇ ਹੋਜੀ ਬੁਲਬਲੇ ਚ ਹਵਾ ਨਿਕਲ ਗਈ ਉਹੋ ਜੀ ਬੰਦੇ ਚ ਹਵਾ ਨਿਕਲ ਗਈ ਤੁਸੀਂ ਗੁਬਾਰਾ ਕਹਿੰਦੇ ਮੈਨੂੰ ਬਾਲਾ ਨਹੀਂ ਸਮਝੋ ਵੀ ਬੁਲਬਲਾ ਕਹਿੰਦਾ ਮੈਂ ਸਮਝ ਕੀ ਸੀ ਪਾਦਾ ਮਰੇ ਜੀ ਤੇ ਕੁਝ ਹੋਰ ਵੀ ਕਹਿੰਦੇ ਹੁਣ ਕੀ ਪਤਾ ਨਹੀਂ ਕੀ ਕਹਿੰਦੇ ਬੁਲਬਲੇ ਨੂੰ ਕੀ ਕਹਿੰਦੇ ਆ ਬਲੂਨ ਆਹ ਬਲੂਨ ਹੁਣ ਥੋੜੀ ਕਹਿੰਦੇ ਇਹ ਤਾਂ ਸ਼ੁਰੂ ਤੋਂ ਹੀ ਮੈਂ ਥੋੜਾ ਸਮਾਂ ਪਹਿਲੇ ਸਿੱਖਿਆ ਨਾ ਸ਼ੁਰੂ ਤੋਂ ਹੀ ਬਲੂਨ ਕਹਿੰਦੇ ਨੇ ਉਹਨੂੰ ਹਾਂ ਹਾਂ ਤੇ ਤੇ ਪੱਛਮੀ ਬਗਾਲ ਦੇ ਵਿੱਚ ਕੋਲਕਾਤਾ ਨਾਰੀ ਥਾ ਜੀ ਉੱਥੇ ਇੱਕ ਬਿਰਦਾ ਆਸ਼ਰਮ ਬਿਰਦਾ ਆਸ਼ਰਮ ਦੇ ਵਿੱਚ 70 ਸਾਲ ਦਾ ਇੱਕ ਬਜ਼ੁਰਗ ਹੂੰ ਉਹ ਵੀ ਤਪਿਆ ਹੋਇਆ ਘਰਦਿਆ ਨੇ ਕਦਰ ਨਹੀਂ ਕੀਤੀ ਉਹਨੂੰ ਉਹਨਾਂ ਨੇ ਕੜਤਾ ਕਰੋ ਤੇ ਉਹ ਬਿਰਦਾ ਆਸ਼ਰਮ ਵਿੱਚ ਰਹਿਣ ਲੱਗ ਗਿਆ ਸੁਬਰਤਨਾ ਸੁਬਰਤ ਜੀ ਜੀ ਤੇ ਇੱਕ ਹੈਗੀ ਅਪਰਨਾ ਨਾਂ ਦੀ 65 ਸਾਲ ਦੀ ਬੇਬੇ ਜੀ ਉਹ ਵੀ ਉੱਥੇ ਉਹ ਕਿਤੇ ਕੰਮ ਕਰਦੀ ਸੀ ਉਹਨਾਂ ਨੇ ਕੜਤਾ ਘਰ ਦੇ ਨੇ ਸੰਭਾਲਿਆ ਨਹੀਂ ਉਹ ਵੀ ਉੱਥੇ। ਅੱਛਾ ਜੀ। ਲੋ ਜਿਹੜਾ ਬੰਦਾ ਨਾ ਉਹਨੂੰ ਹੋ ਗਿਆ ਇਹਦੇ ਨਾਲ ਮੁਹੱਬਤੀ ਪ੍ਰਕਿਰਿਆ ਦੇ ਵਿੱਚ ਪੈ ਗਿਆ। ਅੱਛਾ ਜੀ। ਉਹਨੇ ਅਪਰਨਾ ਨੂੰ ਕਿਹਾ ਵੀ ਹੁਣ ਜ਼ਿੰਦਗੀ ਦਾ ਕੋਈ ਪ੍ਰਵਾਸਾ ਨਹੀਂ। ਹੂੰ। ਪਾਣੀ ਦੇ ਵਿੱਚ ਪਤਾਸੇ ਵਰਗੇ ਆ। ਹੂੰ। ਪਤਾ ਨਹੀਂ ਪਤਾਸਾ ਕਦੋਂ ਖੁਰਜੇ। ਇਸ ਕਰਕੇ ਕਿਉਂ ਨਾ ਆਪਾਂ ਜ਼ਿੰਦਗੀ ਨੂੰ ਇਕੱਠੇ ਬਤਾਈਏ। ਵਾਹ। ਉਹ ਕਹਿੰਦੀ ਨੋ। ਕਿਉਂ? ਕਦੇ ਮਰਜ਼ੀ ਅਗਲੀ ਦੀ ਅੱਛਾ ਠੀਕ ਆ ਚੱਲ ਦੁਬਾਰਾ ਥੋੜੀ ਆ ਹਾਂਜੀ ਬੀਬੇ ਕਹਿੰਦੀ ਨੋ ਹਾਂ ਆਪਾਂ ਇੰਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਕਰਦੇ ਠੀਕ ਹੁਣ ਬਸ ਆਪਾਂ ਸਿਰਫ ਰੱਬ ਦਾ ਨਾਮ ਲੈਣਾ ਠੀਕ ਐ ਇਹ ਵੀ ਠੀਕ ਐ ਉਹ ਬੰਦੇ ਦਾ ਦਿਲ ਟੁੱਟ ਗਿਆ ਟੁੱਟਿਆ ਬਿਲਕੁਲ ਓਵੇਂ ਜਿਵੇਂ 18 19 ਸਾਲ ਦੀ ਉਮਰ 'ਚ ਟੁੱਟਦਾ ਹੁੰਦਾ ਓਏ ਹੋਏ ਹੋਏ ਕੋਨੇ ਜੀ ਬਿਰਦਰਸ਼ਮ ਛੜਤਾ ਅੱਛਾ ਚੱਲਾ ਗਿਆ ਕਿਤੇ ਹੋਰ ਹੂੰ ਕਿਰਾਏ ਤੇ ਰਹਿਣ ਲੱਗ ਪਿਆ ਪਰ ਉੱਥੇ ਜਾ ਕੇ ਵੀ ਤੇ ਮਨ ਦੇ ਵਿੱਚ ਇਹੀ ਰਿਹਾ ਵੀ ਯਾਰ ਕੀ ਗੱਲ ਬਣਗੀ ਮੇਰੇ 'ਚ ਨੁਕਸ ਕੀ ਆ ਹੂੰ ਲੋ ਜੀ ਫੇਰ ਉਹਨੂੰ ਬੀਬੀ ਨੂੰ ਤਰਸ ਆ ਗਿਆ ਹੂੰ ਇਹ ਅੱਛਾ ਹਾਂਜੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਉਹਨਾਂ ਨੇ ਜੀ ਹੁਣ ਕਿਸੇ ਨੂੰ ਲੱਗੇ ਇਹ ਗੱਲ ਮਾੜੀ ਮਰਜ਼ੀ ਉਹਨਾਂ ਦੀ ਰਹਿੰਦੇ ਉਹ ਆ ਕਿ ਤੋ ਉਹਨਾਂ ਦਾ ਕਠੇ ਰਹਿਣ ਨੂੰ ਕੀਤਾ ਤੇ ਆਪਾਂ ਕੌਣ ਨਹੀਂ ਤੇ ਜ਼ਿੰਦਗੀ ਕਦੇ ਵੀ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਆ ਇਹਦੇ 'ਚ ਮਾੜਾ ਕੀ ਹੈ ਟਾਣਾ ਸਾਹਿਬ ਮੈਂ ਕਿਹਾ ਜੇ ਕਦੇ ਇੱਥੇ ਹੁੰਦਾ 70 ਸਾਲ ਦੀ ਅੱਗ ਕਿਵੇਂ ਲੱਗੀ ਇਹਨੂੰ ਆ ਬੁੱਢੀ ਲਕੋੜੀ ਲਾਲ ਲਗਾਮ ਲੈ ਲੱਤਾਂ ਸਿਵਿਆਂ ਦੇ ਵਿੱਚ ਤੇ ਕਰਦਾ ਕਿਹੋ ਜਿਹਾ ਲੱchnਾ ਇਹ ਤੇ ਉਹੋ ਜੀ ਆ ਪਰਨਾ ਐਨੀ ਝਫੇੜ ਮਾਰਾਂ ਤੇ ਹਰੇਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ ਹਰ ਇੱਕ ਬੰਦੇ ਨੂੰ ਵੱਧ ਪਤਾ ਹੁੰਦਾ ਹੈ ਕਿ ਉਹਨੇ ਆਪਦੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਤੇ ਕਿਹਦੇ ਨਾਲ ਜਿਉਣਾ ਹੈ ਸੋ ਇਹਦੇ ਵਿੱਚ ਅਸੀਂ ਤੁਸੀਂ ਕਿੰਤੂ ਕਰਨ ਵਾਲੇ ਕੋਈ ਨਹੀਂ ਆ ਅਸੀਂ ਕਿਸੇ 'ਚ ਕਿੰਤੂ ਕਰਨ ਨਾਲੋਂ ਜ਼ਿਆਦਾ ਜੇ ਆਪਣੀ ਜ਼ਿੰਦਗੀ ਵੱਲ ਖਿਆਲ ਕਰ ਲਈਏ ਕਿ ਅਸੀਂ ਆਪ ਕੀ ਕਰ ਰਹੇ ਹਾਂ ਕਿਹੜੇ ਰਸਤੇ ਤੇ ਤੁਰ ਰਹੇ ਹਾਂ ਤੇ ਕਿਹੜਾ ਰਸਤਾ ਸਾਨੂੰ ਚੁਣਨਾ ਚਾਹੀਦਾ ਹੈ ਤਾਂ ਉਹ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੈ ਇਸ ਲਈ ਹਰ ਬੰਦਾ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀਏ ਜਿਹਦੇ ਨਾਲ ਮਰਜ਼ੀ ਜੀਏ ਸਾਨੂੰ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਆਪਣਾ ਕੰਮ ਕਰੀਏ ਅਗਲੇ ਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਬਿਲਕੁਲ ਨਾਲੇ ਗੱਲ ਇਹ ਆ ਵੀ ਜਦੋਂ ਆਪਣੀ ਕੋ ਮਨ ਤੇ ਆਪਾਂ ਸੜ ਦਿਨ ਕਹਤੋਂ ਆ ਬਿਲਕੁਲ ਆਪਾਂ ਐਵੇਂ ਕੁੜੀ ਜਾਨੇ ਬੈਠੇ ਲੈ ਫਲਾਉਣਾ ਤਾਂ ਫਲਾਣੇ ਨਾਲ ਤੁਰਿਆ ਫਿਰਦਾ ਫਲਾਣਾ ਤਾਂ ਫਲਾਣੇ ਨਾਲ ਰਹਿੰਦਾ ਫਲਾਣਾ ਤਾਂ ਫਲਾਣੇ ਨਾਲ ਇਦਾਂ ਕੋਈ ਵੀ ਕਿਸੇ ਦਾ ਦੋਸਤ ਹੋ ਸਕਦਾ ਹੈ ਕੋਈ ਵੀ ਕਿਸੇ ਦਾ ਵੈਰੀ ਹੋ ਸਕਦਾ ਸਾਨੂੰ ਐਵੇਂ ਹੀ ਸਵਾਦ ਨਹੀਂ ਲੈਣਾ ਚਾਹੀਦਾ ਫਲਾਣ ਦੇ ਫਲਾਣਾ ਲੱਗਦੀ ਹੈ ਤਾਂ ਫਲਾਣੇ ਦੀ ਫਲਾਣੇ ਨਾਲ ਦੋਸਤੀ ਬਹੁਤ ਹੈ ਠੀਕ ਹੈ ਹਰੇਕ ਦੀ ਆਪਣੀ ਜ਼ਿੰਦਗੀ ਹੈ ਹਰ ਬੰਦਾ ਆਪਣੇ ਢੰਗ ਨਾਲ ਜੀਏ ਸੋ ਬਾਕੀ ਆਪਾਂ ਹੁਣ ਚੱਲੀਏ ਤੇ ਸਵਾਲ ਮੈਂ ਪਹਿਲਾਂ ਹੀ ਪੁੱਛ ਚੁੱਕੀਆਂ ਇੱਕ ਵਾਰ ਫਿਰ ਦੁਹਰਾ ਦਿੰਨੀ ਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਕੀ ਅੱਜ ਵੀ ਜੰਡ ਦਾ ਰੁੱਖ ਪਿੱਪਲ ਦਾ ਰੁੱਖ ਬੋੜ ਦਾ ਰੁੱਖ ਜਾਂ ਕੋਈ ਵੀ ਪੁਰਾਣਾ ਰੁੱਖ ਤੇ ਸ਼ੁਰੂ ਹਾਂ ਸ਼ਰੂਦ ਅਦਰਖਤ ਆਮ ਗੀਤਾਂ 'ਚ ਜ਼ਿਕਰ ਹੁੰਦਾ ਨਾ ਨੀ ਮਸਰ ਮੁਕਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ ਵਾਹ ਇੱਕ ਗਾਣਾ ਹੁੰਦਾ ਸੀ ਇਹ ਜੀ 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 ਸੋ ਇਹਨਾਂ ਦਰਖਤਾਂ ਦੀ ਜਿਹੜੇ ਕਿ ਪੁਰਾਣੇ ਵੇਲੇ ਦੇ ਆ ਮਲੇ ਹੂੰ ਉਹਨਾਂ ਦੀ ਗੱਲ ਕਰਗੀ ਜੀ ਬਿਲਕੁਲ ਕਿ ਉਹ ਹੈਗੇ ਤੁਹਾਡੇ ਵੱਲ ਜੀ ਕੋਈ ਵੀ ਪੁਰਾਣਾ ਹੈ ਕਰੀਰ ਹਾਂ ਇਹ ਦਰਖਤਾਂ ਦੀ ਗੱਲ ਦੱਸਿਓ ਤੇ ਕਦੇ ਆਪਾਂ ਸੰਭਾਲੇ ਵੀ ਆ ਜਾਂ ਪੂਜੇ ਹੀ ਆ ਗੱਲੇ ਜਾਂ ਕੋਈ ਵੀ ਐਸਾ ਰੁੱਖ ਜਿਹਨੂੰ ਤੁਸੀਂ ਬਚਪਨ ਤੋਂ ਵੇਖਦੇ ਆ ਰਹੇ ਹੋਵੋ ਕਿ ਇਹ ਰੁੱਖ ਜੋ ਮੈਂ ਨਿੱਕਾ ਜਿਹਾ ਸੀ ਉਦੋਂ ਤੋਂ ਵੇਖ ਰਿਹਾ ਅੱਜ ਤੱਕ ਉਵੇਂ ਦਾ ਉਵੇਂ ਹੀ ਹੈ ਉਹਦੇ ਬਾਰੇ ਚ ਜ਼ਰੂਰ ਜ਼ਿਕਰ ਕਰਿਓ ਸਾਨੂੰ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ ਤੇ ਬਾਕੀ ਹੁਣ ਆਪਾਂ ਚੱਲੀਏ ਬਿਲਕੁਲ ਜੀ ਦਿਓ ਇਜਾਜ਼ਤ ਸਾਨੂੰ ਦੋਵਾਂ ਨੂੰ ਜੀ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਤੁਹਾਡੇ ਲਈ ਤੁਹਾਡੀ ਹਾ